पग पंकज बंदन कज बंदन सिमरो अंगद दोख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक गुरु हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोविंद सिंह विसाला तहरों तहरा पर पुन पुन सीसा पुन पुन सीसा बंदों बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब ओदद बंदों कर अनुराग एकंकारा सतगुरु तेह प्रसाद सत होए वाहे गुरु जी की फतेह बिघ्न विनाशन सोए तन तन सच्चे पातशाह गरीब नवाज अंतरजामी हाजरा हजूर जहरा जहूर तन तन सतगुरु लोक परलोक विच राखी करन वाले सबना दे सांझे सतगुरु गरीब नवाज सच्चे पातशाह अंतरजामी दासां गरीबां सिखां सेवकां दी इज्जत पत रखण वाले तन तन सतगुरु श्री गुरु ग्रंथ साहिब जी महाराज तन तन श्री गुरु ग्रंथ साहिब जी महाराज सतगुरु जी दी पवित्र पावन हाजरी विखे सुभाईमान सतगुरु जी दी प्यारी साडी नवाजी गुरु जी दा खास रूप गुरु खालसा साध संगत जी ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀਵਾਰ ਕਥਾ ਆਪ ਜੀ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸਰਵਣ ਕਰ ਰਹੇ ਹੋ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਇਸ ਸਮੇਂ ਤੁਹਾਨੂੰ ਸਾਰੇ ਜਗਤ ਵਿੱਚ ਜੇ ਕੋਈ ਬਚਾ ਸਕਦਾ ਹੈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬਚਾ ਸਕਦੇ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋਵੋ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਨੂੰ ਸਤਿਗੁਰੂ ਜੀ ਦੇ ਕੋਲ ਭੇਜਿਆ ਮਹਾਰਾਜ ਬਹਾਦਰ ਸ਼ਾਹ ਤੁਹਾਡੀ ਹਜ਼ੂਰੀ ਵਿੱਚ ਆਉਣਾ ਚਾਹੁੰਦਾ ਹੈ ਬਹਾਦਰ ਸ਼ਾਹ ਤੁਹਾਡੀ ਸ਼ਰਨ ਵਿੱਚ ਹੈ
ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਖਿਆ, ਬਹਾਦਰ ਸਾਹਿਬ ਸਾਡੀ ਸ਼ਰਨ ਵਿੱਚ ਆਇਆ, ਭਾਵੇਂ ਔਰੰਗਜ਼ੇਬ ਦਾ ਹੀ ਪੁੱਤਰ ਹੈ। ਮਹਾਰਾਜ ਕਹਿੰਦੇ ਅਸੀਂ ਉਹਦੀ ਸਹਾਇਤਾ ਕਰਾਂਗੇ। ਇੱਕ ਸਵਾਲ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਉਹਨੂੰ ਕਰਾਂਗੇ, ਜੇ ਉਹ ਸਵਾਲ ਮੰਨੇ ਬਾਦਸ਼ਾਹ ਬਣਾ ਦਾਂਗੇ, ਸਵਾਲ ਉਹਨੂੰ ਮੰਨਣਾ ਪਏਗਾ ਸਾਡਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਹੁਣੇ ਬਹਾਦਰ ਸ਼ਾਹ ਨੂੰ ਪੁੱਛ ਕੇ ਆਉਂਦਾ। ਬਹਾਦਰ ਸ਼ਾਹ ਨੂੰ ਪੁੱਛ ਕੇ ਆਏ, ਬਹਾਦਰ ਸ਼ਾਹ ਸਾਰੇ ਸਵਾਲ ਮੰਨਣ ਨੂੰ ਤਿਆਰ ਹੋ ਗਿਆ। ਮਹਾਰਾਜ ਕਹਿੰਦੇ ਸਵਾਲ ਅਜੇ ਨਹੀਂ ਦੱਸਣਾ, ਇਹ ਹੈ ਵੀ ਤੂੰ ਭੱਜਣਾ ਨਹੀਂ ਹੈ, ਜੰਗ ਛੱਡ ਕੇ ਭੱਜਣਾ, ਜਦੋਂ ਤੂੰ ਬਾਦਸ਼ਾਹ ਬਣੇਗਾ ਫਿਰ ਵੇਖ ਲਵਾਂਗੇ। ਸੋ ਉਹ ਸਾਧ ਸੰਗਤ ਦੀ ਸਾਰੀ ਕਥਾ ਤੁਸੀਂ ਸਰਵਣ ਕੀਤੀ। ਭਾਈ ਨੰਦ ਲਾਲ ਜੀ ਦੀ ਬੜੀ ਸ਼ਰਧਾ ਸੱਚੇ ਪਾਤਸ਼ਾਹ ਜੀ ਉੱਤੇ, ਬੜਾ ਪਿਆਰ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ। ਸੋ ਸਾਰੀ ਕਥਾ ਤੁਸੀਂ ਸਰਵਣ ਕੀਤੀ ਹੈ, ਕਿਵੇਂ ਜੋ ਜੋ ਹੋਇਆ ਉਹ ਸਾਰਾ ਕੁਝ ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਸਰਵਣ ਕੀਤਾ ਹੈ। ਹੁਣ ਇਹਦੇ ਤੋਂ ਅੱਗੇ ਜਿਹੜੀ ਕਥਾ ਹੈ ਉਹ ਆਪ ਜੀ ਬੜੇ ਪਿਆਰ ਨਾਲ ਸੁਣੋ। ਮਹਾਰਾਜ ਨੇ ਕਿਹਾ ਸੀ ਬਹਾਦਰ ਸ਼ਾਹ ਆਪਣੇ ਪਿਓ ਵਰਗਾ ਨਾ ਬਣੀ, ਉਹ ਗੱਲ ਕਰਕੇ ਮੁੱਕਰ ਜਾਂਦਾ ਸੀਗਾ। ਹੁਣ ਉਹ ਜਿਹੜਾ ਸਵਾਲ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ, ਉਹ ਤਾਂ ਜਾ ਕੇ ਲੱਗੇਗਾ ਪਤਾ ਅੱਗੇ ਸਵਾਲ ਅਸਲ ਵਿੱਚ ਕਿਹੜਾ। ਅਜੇ ਤਾਂ ਮਹਾਰਾਜ ਨੇ ਇੰਨਾ ਹੀ ਕਿਹਾ, ਇਹ ਵੀ ਇੱਕ ਪ੍ਰਕਾਰ ਦੀ ਸ਼ਰਤ ਹੈ, ਸਵਾਲ ਹੈ ਮਹਾਰਾਜ ਦਾ ਵੀ ਤੂੰ ਭੱਜਣਾ ਨਹੀਂ ਹੈ। ਜਿਹੜਾ ਅਸਲ ਸਵਾਲ ਹੈ ਉਹ ਅੱਗੇ ਜਾ ਕੇ ਆਏਗਾ, ਜਿਹੜਾ ਸਵਾਲ ਹੋਏਗਾ ਉਹ ਕਥਾ ਹੁਣ ਆਪਾਂ ਬੜੇ ਪਿਆਰ ਨਾਲ ਸਰਵਣ ਕਰੀਏ। ਸਾਰੀ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਸਵਾਲ ਜੋ ਕਹੈ ਸੋ ਮਾਨੋ, ਹਾਂਜੀ, ਤਿੰਨਹੋਂ ਭਰੋਸੇ ਮੈਂ ਰਣ ਠਾਨੋ। ਹੁਣ ਉਹ ਸਵਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਕਿਹਾ, ਅਜੇ ਸਵਾਲ ਗੁਪਤੀ ਹੈ, ਸਵਾਲ ਮੰਨਣ ਨੂੰ ਬਹਾਦਰ ਸ਼ਾਹ ਤਿਆਰ ਹੋ ਗਿਆ। ਕਹਿੰਦਾ ਜੋ ਮਹਾਰਾਜ ਸੱਚੇ ਪਾਤਸ਼ਾਹ ਕਹਿਣਗੇ ਉਹ ਮੈਂ ਮੰਨਾਂਗਾ। ਹਾਂਜੀ, ਸੁਣ ਕੇ ਨੰਦ ਲਾਲ ਪੁਨ ਆਇਓ, ਕਰੀ ਨਮੋ ਸੋ ਪ੍ਰੰਗ ਸੁਣਾਇਓ। ਨੰਦ ਲਾਲ ਬਹਾਦਰ ਸ਼ਾਹ ਦੀ ਹਾਂ ਸੁਣ ਕੇ ਵੀ ਮੈਂ ਮਹਾਰਾਜ ਦਾ ਸਵਾਲ ਮੰਨਾਂਗਾ, ਜਿਹੜੀ ਗੱਲ ਮਹਾਰਾਜ ਕਹਿਣਗੇ ਮੈਂ ਮੰਨਾਂਗਾ, ਇਹ ਸੁਣ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਤੇ ਨੰਦ ਲਾਲ ਜੀ ਨੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਜੀ। ਹਾਂਜੀ, ਚਲਹੋ ਆਪ ਦਰਸ਼ਨ ਕੋ ਦੇਹੈ, ਚੱਲ ਕੇ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਦਰਸ਼ਨ ਕੀਤੇ ਆ ਜਾ ਕੇ ਉਹਨੇ ਭਾਈ ਨੰਦ ਲਾਲ ਜੀ ਦੇ, ਤੇ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਚਲੋ ਫਿਰ ਦਰਸ਼ਨ ਦਿਓ ਮਹਾਰਾਜ ਬਹਾਦਰ ਸ਼ਾਹ ਨੂੰ, ਆਪ ਜੀ ਨੂੰ ਉਡੀਕ ਰਿਹਾ ਉਹ। ਹਾਂਜੀ, ਕਿਰਤਾਰਥ ਨਿਜ ਦਾਸ ਕਰੇ ਹੈ, ਮਹਾਰਾਜ ਬਹਾਦਰ ਸ਼ਾਹ ਨੂੰ ਆਪਣਾ ਸੇਵਕ ਜਾਣ ਕੇ, ਆਪਣਾ ਬੱਚਾ ਜਾਣ ਕੇ ਹੁਣ ਮਹਾਰਾਜ ਉਹਨੂੰ ਦਰਸ਼ਨ ਦੇ ਕੇ ਨਿਹਾਲ ਕਰੋ ਆਪ ਜੀ। ਹਾਂਜੀ, ਕਹਿਓ ਆਪ ਕੋ ਲੀਨ ਸਮਾਨ, ਮਹਾਰਾਜ ਆਪ ਜੀ ਦੀ ਕਈ ਗੱਲ ਬਹਾਦਰ ਸ਼ਾਹ ਕਹਿੰਦਾ ਮੈਂ ਮੰਨਾਂਗਾ, ਜਿਹੜਾ ਆਪ ਜੀ ਸਵਾਲ ਕਹਿ ਰਹੇ ਹੋ ਬਹਾਦਰ ਸ਼ਾਹ ਕਹਿੰਦਾ ਹੈ ਵੀ ਮੈਂ ਮੰਨਾਂਗਾ ਮਹਾਰਾਜ। ਹਾਂਜੀ, ਲਰਨ ਹੇਤ ਕੀਏ ਅਗਰ ਪਿਆਨ, ਤੇ ਮਹਾਰਾਜ ਯੁੱਧ ਕਰਨ ਵਾਸਤੇ ਉਹ ਅੱਗੇ ਲੱਗ ਗਿਆ, ਬਹਾਦਰ ਸ਼ਾਹ ਯੁੱਧ ਕਰੇਗਾ, ਜੰਗ ਕਰੇਗਾ ਬਹਾਦਰ ਸ਼ਾਹ। ਹਾਂਜੀ, ਤਬ ਪ੍ਰਭ ਧਰਮ ਸਿੰਘ ਕੋ ਪ੍ਰੇਰੇ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਸਿੰਘਾਂ ਵਿੱਚੋਂ ਪਿਆਰੇ ਧਰਮ ਸਿੰਘ ਜੀ ਨੂੰ ਪ੍ਰੇਰਿਆ। ਹਾਂਜੀ, ਪੰਜ ਸਿੰਘ ਲਿਓ ਸੰਗ ਵਡੇਰੇ, ਪੰਜ ਜ਼ਿੰਮੇਵਾਰ ਸਿੰਘ ਨਾਲ ਲੈ ਕੇ ਜਾਓ, ਜਿਹੜੇ ਜ਼ਿੰਮੇਵਾਰ ਹੋਣ, ਸੂਰਬੀਰ ਹੋਣ, ਬਹਾਦਰ ਹੋਣ। ਪੰਜ ਐਸੇ ਸੂਰਬੀਰ ਜ਼ਿੰਮੇਵਾਰ ਜਿਹੜੇ ਸਿੰਘ ਨੇ ਉਹ ਲੈ ਕੇ ਚੱਲੋ ਨਾਲ, ਬਹਾਦਰ ਸ਼ਾਹ ਦੇ ਕੋਲ ਜਾਓ। ਹਾਂਜੀ, ਜਾਓ ਬਹਾਦਰ ਸ਼ਾਹ ਵਿਜੈ ਦੇਹੋ, ਅੰਗ ਸੰਗ ਰਸ਼ਕ ਹਮ ਤੇ ਕਹੋ। ਮਹਾਰਾਜ ਅਜੇ ਅੰਦਰ ਦੀ ਗੱਲ ਜਾਣਦੇ ਆ ਬਹਾਦਰ ਸ਼ਾਹ ਦੀ, ਅਜੇ ਆਪ ਨਹੀਂ ਗਏ। ਮਹਾਰਾਜ ਕਹਿੰਦੇ ਜਾ ਕੇ ਬਹਾਦਰ ਸ਼ਾਹ ਦੀ ਸਹਾਇਤਾ ਕਰੋ, ਉਹਨੂੰ ਜਿੱਤ ਉਹਦੀ ਜਿੱਤ ਕਰਾਓ।
ਭਿੜੇ ਭੇੜ ਗਨ ਕਰੈ ਸਹਾਏ। ਜਦੋਂ ਜੰਗ ਯੁੱਧ ਬਹੁਤ ਮੱਚ ਜਾਏਗਾ ਨਾ, ਹਾਂਜੀ, ਤਾਰਾ ਆਜ਼ਮ ਕੋ ਹਮਕਾਏ, ਉਦੋਂ ਫਿਰ ਮਹਾਰਾਜ ਕਹਿੰਦੇ ਅਸੀਂ ਆਪ ਆਵਾਂਗੇ ਤੇ ਤਾਰਾ ਆਜ਼ਮ ਨੂੰ ਮਾਰਾਂਗੇ। ਮਹਾਰਾਜ ਕਹਿੰਦੇ ਜਦੋਂ ਜੰਗ ਮੱਚ ਜਾਏਗਾ ਨਾ, ਫਿਰ ਅਸੀਂ ਆਪ ਪਹੁੰਚ ਕੇ ਜਾ ਕੇ ਤਾਰਾ ਆਜ਼ਮ ਨੂੰ ਮਾਰ ਦਿਆਂਗੇ। ਹਾਂਜੀ, ਧੀਰਜ ਸਹਿਤ ਸ਼ਤਰਨ ਸਨ ਲੜਕੈ, ਉਹਨੂੰ ਆਖੋ ਧੀਰਜ ਨਾ ਜੰਗ ਕਰੇ, ਬੜੇ ਹੌਸਲੇ ਨਾਲ ਜੰਗ ਕਰੇ, ਕਾਲਾ ਨਾ ਪਵੇ। ਹਾਂਜੀ, ਵਿਜੈ ਕਰੋ ਗੁਰ ਗੁਣ ਸਿਮਰ ਕੈ, ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੂੰ ਚੇਤਾ ਕਰੇ ਤੇ ਜੰਗ ਆਰੰਭ ਕਰੇ, ਉਹਦੀ ਜਿੱਤ ਹੋਵੇਗੀ। ਹਾਂਜੀ, ਸ਼ਾਹ ਬਹਾਦਰ ਕੋ ਸਮਝਾਵੋ, ਜਹੈ ਕਹਿ ਹਾਦਰ ਗੁਰੂ ਬਚਾਵੋ। ਵੀ ਸ਼ਾਹ ਬਹਾਦਰ ਸ਼ਾਹ ਨੂੰ ਜਾ ਕੇ ਸਮਝਾਓ ਵੀ ਗੁਰੂ ਸਾਹਿਬ ਤੇਰੇ ਸਹਾਈ ਹੋਣਗੇ, ਤੂੰ ਪਰਵਾਹ ਨਹੀਂ ਕਰਨੀ ਕਿਸੇ ਗੱਲ ਦੀ। ਹਾਂਜੀ, ਸਿਮਰਹਿ ਪੰਚਹਿ ਕਰਹੋ ਨਾ ਸੰਸਾ, ਸੰਸਾ ਨਾ ਕਰੀ। ਬਹਾਦਰ ਸ਼ਾਹ ਨੂੰ ਆਖ ਦਿਓ ਸੰਸਾ ਨਾ ਕਰੀ, ਜਦੋਂ ਸਾਨੂੰ ਯਾਦ ਕਰੇਗਾ ਅਸੀਂ ਪਹੁੰਚਾਂਗੇ ਉੱਥੇ। ਹਾਂਜੀ, ਲਿਹੋ ਸਲਤਨਨ ਰਿਪ ਭਰਾਤ ਬਿਸਤੁੰਸਾ, ਵੈਰੀ ਭਰਾ ਨੂੰ ਮਾਰ ਕੇ ਤੇ ਰਾਜ ਭਾਗ ਮਿਲੇਗਾ, ਉਹਨੂੰ ਕੋਈ ਸ਼ੰਕਾ ਨਾ ਕਰੇ। ਹਾਂਜੀ, ਸੁਣ ਆਗਿਆ ਪ੍ਰਭ ਕੀ ਚੱਲ ਪਰੇ, ਗੁਰੂ ਕੇ ਸਿੰਘ ਭਾਈ ਦਇਆ ਪਿਆਰੇ ਧਰਮ ਸਿੰਘ ਜੀ ਪੰਜ ਸਿੰਘ ਲੈ ਕੇ ਤੇ ਚਾਲਾ ਪਾਇਆ ਜੀ ਉਹਨਾਂ ਨੇ। ਹਾਂਜੀ, ਸਨਦ ਬੰਦ ਘੋਰਨ ਪਰ ਚਰੇ, ਸ਼ਸਤਰਧਾਰੀ ਹੋ ਗਏ ਘੋੜਿਆਂ ਤੇ ਸੱਜ ਗਏ। ਹੁਣ ਬਹਾਦਰ ਸ਼ਾਹ ਤੇ ਸੋਚਦਾ ਬੜੀ ਵੱਡੀ ਫੌਜ ਆਏਗੀ, ਪਰ ਮਹਾਰਾਜ ਨੇ ਇਕੱਲੇ ਪੰਜ ਸਿੰਘ ਹੀ ਭੇਜੇ ਹੈ ਤੇ ਛੇਵੇਂ ਪਿਆਰੇ ਧਰਮ ਸਿੰਘ ਜੀ ਨੂੰ ਭੇਜ ਦਿੱਤਾ ਹੈ। ਨੰਦ ਲਾਲ ਕੋ ਪੁੰਨ ਸਮਝਾਇਓ, ਮਾਨ ਬਾਕ ਤਿੰਨ ਸੀਸ ਨਿਵਾਇਓ। ਇਹੋ ਹੀ ਗੱਲ ਨੰਦ ਲਾਲ ਜੀ ਨੂੰ ਸਮਝਾਈ, ਨੰਦ ਲਾਲ ਜੀ ਨੂੰ ਸਮਝਾਈ ਵੀ ਉਹਨੂੰ ਆਖਿਓ ਜਦੋਂ ਜੰਗ ਮੱਚੇਗਾ ਫਿਰ ਤਾਰਾ ਆਜ਼ਮ ਨੂੰ ਆ ਕੇ ਮਾਰਾਂਗੇ। ਗੁਰੂ ਕੇ ਸਿੰਘ ਬਹਾਦਰ ਸ਼ਾਹ ਦੇ ਕੋਲ ਗਏ, ਉਹਨੂੰ ਜਾ ਕੇ ਸਾਰੀ ਗੱਲ ਦੱਸੀ। ਭਾਈ ਨੰਦ ਲਾਲ ਜੀ ਨੇ ਮਸਾਂ ਮਸਾਂ ਤਿਆਰ ਕਰ ਲਿਆ ਬਹਾਦਰ ਸ਼ਾਹ ਨੂੰ ਵੀ ਤੂੰ ਲੱਗ ਅੱਗੇ ਅਤੇ ਕਰ ਜੰਗ। ਉਹ ਮਨ ਅਜੇ ਪੈਰ ਪਿੱਛੇ ਖਿੱਚਦਾ, ਫਿਰ ਵੀ ਭਾਈ ਨੰਦ ਲਾਲ ਜੀ ਨੇ ਉਹਨੂੰ ਪ੍ਰੇਰਿਆ ਅਤੇ ਸਾਧ ਸੰਗਤ ਜੀ ਉਹਨੇ ਸ਼ਸਤਰਬੱਧ ਹੋ, ਹੁਣ ਬਹਾਦਰ ਸ਼ਾਹ ਨੇ ਫਿਰ ਜੰਗ ਦੀ ਤਿਆਰੀ ਕਰ ਲਈ ਦੀ ਤਾਰੇ ਆਜ਼ਮ ਨਾਲ। ਹਾਂਜੀ, ਦੋਹਰਾ ਸ਼ਾਹ ਬਹਾਦਰ ਸੈਨ ਕੋ ਮੁਜਰਾ ਲੀਨ ਬਣਾਏ, ਸਾਧ ਸੰਗਤ ਜੀ ਬਹਾਦਰ ਸ਼ਾਹ ਨੇ ਸਾਰੀ ਸੈਨਾ ਦੀ ਹਾਜ਼ਰੀ ਲਾਈ ਜੀ, ਜੰਗ ਕਰਨੀ ਹੈ। ਉਹਨੇ ਆਪਣੀ ਸੈਨਾ ਦੀ ਗਿਣਤੀ ਕੀਤੀ ਵੀ ਮੇਰੇ ਕੋਲ ਕਿੰਨੀ ਕੁ ਸੈਨਾ ਹੈ, ਮੇਰੇ ਕੋਲ ਕਿੰਨੀ ਫੌਜ ਹੈ। ਹਾਂਜੀ, ਬਖਸ਼ੀ ਬਖਸ਼ਿਸ਼ ਦਰਬ ਬਹੋ ਅਰ ਅਯੁੱਧ ਸਮੁਦਾਏ, ਜਿੰਨੇ ਕੁ ਉਹਦੇ ਕੋਲ ਸਿਪਾਹੀ ਸਨ ਨਾ ਉਹਨੇ ਖੁੱਲ੍ਹਾ ਧਨ ਦਿੱਤਾ ਜੀ ਉਹਨਾਂ ਨੂੰ, ਬੜੀਆਂ ਕੀਮਤੀ ਵਸਤੂਆਂ ਦਿੱਤੀਆਂ ਵੀ ਇਹਨਾਂ ਦਾ ਮਨ ਨਾ ਪਛਾਂ ਹੋ ਜਾਏ, ਭਾਵ ਇੱਕ ਪ੍ਰਕਾਰ ਦਾ ਖੁੱਲ੍ਹਾ ਧਨ ਦੇ ਕੇ ਲਾਲਚ ਦਿੱਤਾ ਜੀ ਸਾਰਿਆਂ ਨੂੰ। ਹਾਂਜੀ, ਚਾਉ ਪਈ ਬਸਤਰ ਵਿਭੂਖਣ ਦੇ ਅਪਹਿਨਾਏ, ਆਗੈ ਮਨਸਬ ਕਰੋ ਸਵਾਏ, ਤੇ ਬਹਾਦਰ ਸ਼ਾਹ ਕਹਿੰਦਾ ਵੀ ਤੁਸੀਂ ਮੇਰਾ ਸਾਥ ਦਿਓ ਤੇ ਮੈਂ ਤੁਹਾਨੂੰ ਤਨਖਾਹ ਤੁਹਾਡੀ ਬੜੀ ਵਧਾ ਦੇਣੀ ਹੈ। ਹਾਂਜੀ, ਕਹਿ ਉਮਰਾਵਨ ਰਿਦੇ ਵਧਾਏ, ਮਿਸਲ ਮਿਸਲ ਗਨਬੀਰ ਟਕਾਏ, ਤੇ ਉਹਨੇ ਸੂਰਬੀਰਾਂ ਦਾ ਹਿਰਦੇ ਦਾ ਉਤਸ਼ਾਹ ਵਧਾਇਆ। ਸੈਨਿਕ ਫੌਜੀ ਵੀ ਨਹੀਂ ਲੜਨ ਨੂੰ ਤਿਆਰ ਜੀ, ਕਿਉਂ? ਉਹਨਾਂ ਨੂੰ ਪਤਾ ਵੀ ਤਾਰੇ ਆਜ਼ਮ ਦੀ ਫੌਜ ਬਹੁਤ ਜ਼ਿਆਦਾ ਅਤੇ ਅਸੀਂ ਥੋੜ੍ਹੇ ਹਾਂ, ਪਰ ਬਹਾਦਰ ਸ਼ਾਹ ਨੇ ਮਸਾਂ ਮਸਾਂ ਆਪਣੀ ਫੌਜ ਨੂੰ ਤਿਆਰ ਕਰ ਲਿਆ। ਪਹਿਲਾਂ ਆਪ ਮਸਾਂ ਮਸਾਂ ਤਿਆਰ ਹੋਇਆ ਜੀ, ਫਿਰ ਉਹਨੇ ਮਸਾਂ ਮਸਾਂ ਆਪਣੀ ਫੌਜ ਤਿਆਰ ਕੀਤੀ ਜੀ ਸਾਰੀ। ਹਾਂਜੀ, ਗੁਲਕਾਂ ਬਹੁ ਬਰੂਦ ਵਰਤਾਈ, ਗਨ ਤੋਪੈਂ ਤਿਆਰੀ ਕਰਵਾਈ, ਗੋਲੀਆਂ ਵਰਤਾ ਦਿੱਤੀਆਂ, ਬਰੂਦ ਵਰਤਾ ਦਿੱਤੇ, ਤੋਪਾਂ ਤਿਆਰ ਕਰ ਲਈਆਂ ਜੀ ਜੰਗ ਕਰਨ ਵਾਸਤੇ। ਹਾਂਜੀ, ਗਨ ਬਾਜੀ ਪੈਦਲ ਸੰਭਾਰੇ, ਘੋੜ ਸਵਾਰ ਹਾਥੀ ਸਵਾਰ ਪੈਦਲ ਸਾਰੇ ਫੌਜਾਂ ਤਿਆਰ ਹੋ ਗਈਆਂ ਜੀ ਬਹਾਦਰ ਸ਼ਾਹ ਦੀਆਂ। ਹਾਂਜੀ, ਦਲ ਆਰਾ ਸਤਕੀਨ ਵਿਸਾਲੇ, ਸਾਰੀ ਸੈਨਾ ਚੰਗੀ ਤਰ੍ਹਾਂ ਤਿਆਰ ਹੋ ਗਈ ਜੀ। ਬਹਾਦਰ ਸ਼ਾਹ ਦੀ ਜਿੰਨੀ ਕੁ ਸੈਨਾ ਸੀ ਨਾ ਜੀ, ਉਹ ਚੰਗੀ ਤਰ੍ਹਾਂ ਤਿਆਰ ਹੋ ਗਈ ਜੀ। ਹਾਂਜੀ, ਦਿੱਲੀ ਤੇ ਬਾਹਰ ਹੀ ਰਹੇ ਹੋ, ਦਿੱਲੀ ਤੋਂ ਬਾਹਰ ਰਿਹਾ ਜੀ ਉਹ ਜੀ,
ਜਿਹੜਾ ਬਹਾਦਰ ਸ਼ਾਹ ਸੀ ਉਹ ਦਿੱਲੀ ਤੋਂ ਬਾਹਰ ਬਾਹਰ ਰਿਹਾ ਜੀ। ਹਾਂਜੀ। ਪ੍ਰਥਮ ਕਰੋ ਸੰਗਰ ਚਿੱਤ ਚਾਹਿਓ, ਤੇ ਜੰਗ ਕਰਨ ਦਾ ਵੀ ਹੁਣ ਦਿੱਲੀ ਤੋਂ ਬਾਹਰ ਰਹਿ ਕੇ ਜੰਗ ਕਰ ਲਈਏ, ਤੇ ਖੁੱਲੇ ਇਲਾਕੇ ਵਿੱਚ ਜੇ ਮਰ ਜਾਂਦਾ ਤਾਰਾ ਆਜਮ ਤੇ ਮੈਂ ਬਾਦਸ਼ਾਹ ਬਣ ਜਾਵਾਂਗਾ, ਇਹ ਫੁਰਨਾ ਬਣਾ ਲਿਆ ਜੀ ਉਹਨੇ। ਹਾਂਜੀ। ਸ਼ੁਤਰੀ ਧੌਂਸੇ ਧੱਗ ਬਜਾਈ, ਕਰਿਓ ਕੂਚ ਦਰ ਕੂਚ ਅਗਾਈ। ਸ਼ੁਤਰੀਆਂ ਧੌਂਸੇ ਧੱਗਾਂ ਵੱਜ ਗਈਆਂ ਹੌਲੀ ਹੌਲੀ, ਨਗਾਰੇ ਵਜਾਉਂਦੀਆਂ, ਸੈਨਾ ਜਿਹੜੀ ਸੀ ਸੈਨਾ ਸਾਰੀ ਅੱਗੇ ਵੱਧ ਗਈ ਜੀ ਬਹਾਦਰ ਸ਼ਾਹ ਦੀ। ਹਾਂਜੀ। ਚੰਬਲ ਸਲਿਤਾ ਤੱਟ ਕੋ ਚਾਹਾ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਸਾਹਿਬ ਲਿਖਦੇ ਆ, ਚੰਬਲ ਨਦੀ ਦਾ ਕਿਨਾਰਾ ਆ ਗਿਆ, ਉਹਦੇ ਲਾਗੇ ਖੁੱਲ੍ਹੀ ਥਾਂ ਸੀਗੀ, ਉੱਥੇ ਤਿਆਰੀ ਕਰ ਲਈ ਜੀ ਉਹਨੇ ਜੀ। ਹਾਂਜੀ। ਤਹਿ ਅਟਕਾਏ ਹੱਥੋਂ ਰਣ ਮਾਹਾ, ਉਤ ਤਾਰਾ ਆਜ਼ਮ ਬਨ ਸ਼ਾਹੂ। ਇੱਧਰ ਮਹਾਰਾਜ ਦੇ ਕਹਿਣ ਤੇ ਬਹਾਦਰ ਸ਼ਾਹ ਤਿਆਰ ਹੋ ਕੇ ਬੈਠਾ ਹੈ, ਉੱਧਰ ਤਾਰਾ ਆਜ਼ਮ ਨੂੰ ਪਤਾ ਲੱਗ ਗਿਆ ਵੀ ਮੇਰਾ ਭਰਾ ਬਾਦਸ਼ਾਹ ਜਿਹੜਾ ਬਣਿਆ ਉਹਦੀ ਚਾਹਤ ਹੈ। ਤਾਰਾ ਆਜ਼ਮ ਬੜਾ ਸਖਤ ਬੰਦਾ ਸੀਗਾ ਅਤੇ ਬਾਦਸ਼ਾਹ ਮੈਂ ਰਹਿਣਾ, ਉਹ ਮੇਰੇ ਨਾਲ ਜੰਗ ਕਰੇਗਾ। ਇਸ ਜਦੋਂ ਗੱਲ ਦਾ ਤਾਰਾ ਆਜ਼ਮ ਨੂੰ ਪਤਾ ਲੱਗਾ, ਤਾਰਾ ਆਜ਼ਮ ਵੀ ਤਿਆਰ ਹੋ ਗਿਆ ਜੰਗ ਕਰਨ ਲਈ। ਹਾਂਜੀ। ਬੈਠ ਤਖਤ ਉਮਰਾਵਨ ਮਾਹੂ, ਉਹ ਆਪਣੇ ਉਮਰਾਵਾਂ ਦੇ ਵਿੱਚ ਬੈਠਾ ਹੋਇਆ ਸੀਗਾ ਤਾਰਾ ਆਜ਼ਮ, ਆਪਣੇ ਵਜ਼ੀਰਾਂ ਵਿੱਚ ਬੈਠਾ ਸੀਗਾ। ਹਾਂਜੀ। 22 ਲੱਖ ਸੈਨ ਸੰਭਾਰੀ, ਹੁਣ ਉਹਨੇ 22 ਲੱਖ ਸੈਨਾ ਹੀ ਤਿਆਰ ਕਰ ਲਈ ਜੀ ਆਪਣੀ ਜੀ। 22 ਲੱਖ ਸੈਨਾ ਥੋੜ੍ਹੀ ਨਹੀਂ ਹੁੰਦੀ ਸਾਧ ਸੰਗਤ ਜੀ, ਅਤੇ 22 ਲੱਖ ਦੇ ਮੁਕਾਬਲੇ 10 ਗੁਣਾ ਵੀ ਨਹੀਂ ਹੈ ਬਹਾਦਰ ਸ਼ਾਹ ਦੀ ਸੈਨਾ। ਪਰ ਬਹਾਦਰ ਸ਼ਾਹ ਕੋਲ ਇੱਕ ਸ਼ਕਤੀ ਹੈ, ਉਹ ਕਿਹੜੀ ਸ਼ਕਤੀ ਹੈ? ਉਹ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। 22 ਲੱਖ ਫੌਜ ਤਾਂ ਨਹੀਂ ਉਹਦੇ ਕੋਲ ਹੈਗੀ, ਉੱਧਰ 22 ਲੱਖ ਫੌਜ ਹੈ, ਉੱਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਜੀ। ਹਾਂਜੀ। 10,000 ਤੋਪਾਂ ਬੜ ਭਾਰੀ, 10,000 ਤੋਪਾਂ ਨੇ ਉਹਦੇ ਕੋਲ ਜੀ ਤਾਰਾ ਆਜ਼ਮ ਕੋ, 10,000 ਤੋਪਾਂ ਹਿਸਾਬ ਲਾ ਲਓ ਜੀ। ਹਾਂਜੀ। ਲੇ 50,000 ਜੰਬੂਰੇ, ਤੇ ਸੂਰਬੀਰ 50,000 ਜੰਬੂਰਾਂ ਨੇ ਉਹਦੇ ਕੋਲ ਜੀ ਜੰਬੂਰਾਂ। ਹਾਂਜੀ। ਬਖਸ਼ਿਸ਼ ਦਈ ਅਨੇਕ ਪਿਖ ਸੂਰੇ, ਤੇ ਹੋਰ ਬੜੇ ਸੂਰਮੇ ਬਹਾਦਰ ਜਰਨੈਲ ਨੇ ਤਾਰੇ ਆਜ਼ਮ ਦੇ ਕੋਲ, ਮੇਨ ਰੂਪ ਚ ਬਾਦਸ਼ਾਹ ਉਹ ਹੈ ਜੀ। ਹਾਂਜੀ। ਦੱਖਣ ਦੇਸ਼ ਸਗਲ ਅਪਣਾਇਓ, ਤੇ ਦੱਖਣ ਵਿੱਚ ਰਹਿੰਦਾ ਸਾਰੇ ਕਿਤੇ ਉਹਨੇ ਪੂਰਾ ਕਬਜ਼ਾ ਕੀਤਾ ਜੀ। ਹਾਂਜੀ। ਸਭ ਪਰ ਆਪਣਾ ਹੁਕਮ ਟਿਕਾਇਓ, ਤੇ ਇੰਨੀ ਵੱਡੀ ਫੌਜ ਹੈ, ਤਾਰੇ ਆਜ਼ਮ ਦਾ ਹੁਕਮ ਚੱਲਦਾ, ਉਹਨੂੰ ਪਤਾ ਲੱਗ ਗਿਆ ਵੀ ਮੇਰੇ ਨਾਲ ਜੰਗ ਕਰਨੀ ਹੈ। ਹਾਂਜੀ। ਭਰਾਤਾ ਕੀ ਸੁਣ ਕੇ ਸਭ ਬਾਤ, ਕੋਪਿਓ ਅਧਿਕ ਹਿਰਦੇ ਗਰਬਾਤ। ਉਹਦੇ ਹਿਰਦੇ 'ਚ ਹੰਕਾਰ ਜਾਗ ਪਿਆ ਜੀ, ਬੜਾ ਕ੍ਰੋਧ ਆਇਆ ਜੀ ਉਹਨੂੰ ਤਾਰੇ ਆਜ਼ਮ ਨੂੰ। ਹਾਂਜੀ। ਸਕਲ ਚੰਮੂ ਕੀ ਮਿਸਲ ਨਿਹਾਰੀ, ਕਹਿ ਉਮਰਾਵਨ ਕੀ ਇਸ ਤਿਆਰੀ। ਸਾਰੀ ਸੈਨਾ ਉਹਨੇ ਤਿਆਰ ਕਰ ਲਈ, ਅਤੇ ਸਾਰੀ ਸੈਨਾ ਨੂੰ ਕਿਹਾ ਵੀ ਚਲੋ ਆਪਾਂ ਬਹਾਦਰ ਸ਼ਾਹ ਨੂੰ ਮਾਰਨਾ, ਜਾ ਕੇ ਖਤਮ ਕਰਨਾ। ਗੱਜ ਬਾਜਨ ਪਰ ਪਾਖਰ ਪਾਈ, ਚੜਿਓ ਆਪ ਗਨ ਬੰਬ ਬਜਾਈ। ਘੋੜਿਆਂ ਤੇ ਸਾਧ ਸੰਗਤ ਦੀ ਕਾਠੀਆਂ ਪਵਾ ਕੇ ਆਪ ਵੱਡਾ ਨਗਾਰਾ ਵਜਾ ਕੇ ਹਾਥੀ ਉੱਥੇ ਚੜ੍ਹ ਗਿਆ, ਫੌਜਾਂ ਤੁਰ ਪਈਆਂ। ਤੁਸੀਂ ਵੇਖ ਲਓ, ਭਰਾ ਭਰਾ ਨੂੰ ਮਾਰਨ ਦੀ ਤਿਆਰ ਹੋਏ ਪਏ ਰਾਜ ਲੈਣ ਵਾਸਤੇ ਜੀ। ਇਹ ਕਹਿੰਦੇ ਕਲਯੁੱਗ ਹੈ, ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ ਵਾਹਿਗੁਰੂ। ਭਰਾ ਭਰਾ ਨੂੰ ਮਾਰਨ ਨੂੰ ਤਿਆਰ ਹੋਏ ਪਏ ਜੀ। ਇਹ ਰਾਜ ਸੱਤਾ ਦਾ ਨਸ਼ਾ ਐਸਾ ਹੈ ਜੀ, ਰਾਜ ਸੱਤਾ ਦਾ ਨਸ਼ਾ ਐਸਾ ਹੈ ਜੀ। ਹਾਂਜੀ। ਦੱਖਣ ਤੇ ਕਰ ਕੂਚ ਹਮੇਸ਼ਾ, ਆਵਤ ਚੱਲਿਓ ਸੁਣਿਓ ਜਿਸ ਦੇਸ਼ਾ। ਹੁਣ ਜਿਸ ਪਾਸੇ ਵੀ ਤਾਰਾ ਆਜ਼ਮ ਲੰਘਦਾ ਪਤਾ ਲੱਗਦਾ ਵੀ ਫੌਜ 20 ਲੱਖ ਜਾ ਰਿਹਾ, ਵਾਹਿਗੁਰੂ 22 ਲੱਖ ਜਾ ਰਹੀ ਹੈ ਫੌਜ, ਥੋੜ੍ਹੀ ਗਿਣਤੀ ਥੋੜ੍ਹੀ ਹੈ, ਹਾਥੀ ਘੋੜੇ ਤੋਪਾਂ ਜਾਣ ਦਈਆਂ ਹੈ ਜੀ। ਹਾਂਜੀ। ਗ੍ਰਾਮ ਨਗਰ ਬਨ ਉਲੰਘਤ ਆਏ, ਲਸ਼ਕਰ ਦੀਰਗ ਨੀਰ ਸੁਕਾਏ। ਜਿਸ ਪਾਸੇ ਤਾਰਾ ਆਜ਼ਮ ਫੌਜ ਲੈ ਕੇ ਲੰਘਦਾ ਸੀ ਨਾ ਜੀ, ਉਸ ਪਾਸੇ ਦਾ ਪਾਣੀ ਮੁੱਕ ਜਾਂਦਾ ਸੀਗਾ ਜੀ, ਉਹਨਾਂ ਪਿੰਡਾਂ 'ਚੋਂ ਪਾਣੀ ਮੁੱਕ ਜਾਂਦਾ ਸੀਗਾ, ਇੰਨੀ ਫੌਜ ਨੇ ਪਾਣੀ ਪੀਣਾ ਸਾਧ ਸੰਗਤ ਜੀ, ਅਤੇ ਪਾਣੀ ਤਾਂ ਮੁੱਕੇਗਾ ਹੀ,
ਵੀਹ ਲੱਖ ਬੰਦਾ ਹੋਵੇ ਤੇ ਗਲਾਸ ਗਲਾਸ ਪਾਣੀ ਪੀਵੇ, ਕਿੰਨਾ ਪਾਣੀ ਹੋ ਜਾਂਦਾ ਸਾਧ ਸੰਗਤ ਜੀ। ਜਿੱਧਰੋਂ ਲੰਘਦਾ ਸੀ ਨਾ ਜੀ, ਉਧਰੋਂ ਪਾਣੀ ਮੁਕਾ ਦਿੰਦਾ ਸੀਗਾ ਜੀ। ਹਾਂਜੀ, ਸ਼ਾਹ ਬਹਾਦਰ ਸੁਣ ਸੁਧ ਸਾਰੀ, ਹਾਂਜੀ ਸੰਸੈ ਹੋਤ ਸੁਨਤ ਦਲ ਭਾਰੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਬਹਾਦਰ ਸ਼ਾਹ ਨੇ ਗੱਲ ਸੁਣੀ ਇੰਨੀ ਫੌਜ ਆ ਰਹੀ ਹੈ, ਉਹਦਾ ਮਨ ਫਿਰ ਘਬਰਾ ਗਿਆ ਜੀ। ਕੁਦਰਤੀ ਹੈ, ਬੰਦਾ ਡਰ ਜਾਂਦਾ ਜੀ। ਹਾਂਜੀ, ਮੋਤੇ ਦਸ ਗੁਣਾਂ ਤੇ ਅਧਿਕਾਈ, ਹਾਂਜੀ ਤੋਪ ਜੰਬੂਰਨ ਜੁੱਤ ਸਮਦਾਈ, ਆਖੋ ਵਾਹਿਗੁਰੂ ਵਾਹਿਗੁਰੂ। ਉਹ ਸੋਚਣ ਦਿਆ ਵੀ ਮੇਰੇ ਨਾਲੋਂ ਦਸ ਗੁਣਾ ਵੱਧ ਫੌਜ ਹੈ ਤਾਰਾਜ ਕੋਲ, ਤੋਪਾਂ ਦਸ ਗੁਣਾ ਵੱਧ, ਜੰਬੂਰਾਂ ਦਸ ਗੁਣਾ ਵੱਧ ਹੈ। ਅਸਲ ਚ ਬੰਦਾ ਉਸ ਗੱਲ ਤੇ ਨੀ ਨਾ ਜੀ ਰਹਿੰਦਾ ਜੀ। ਹਾਂਜੀ, ਲਸ਼ਕਰ ਅਲਪ ਅਹੈ ਸੰਗ ਮੇਰੇ, ਗੁਰਬਚ ਪਰ ਵਿਸ਼ਵਾਸ ਵਡੇਰੇ, ਤੇ ਮੇਰੇ ਕੋਲ ਸੈਨਾ ਥੋੜੀ ਹੈ ਪਰ ਬਹਾਦਰ ਸ਼ਾਹ ਨੂੰ ਗੁਰੂ ਸਾਹਿਬ ਦੇ ਬਚਨ ਤੇ ਭਰੋਸਾ, ਵੀ ਮਹਾਰਾਜ ਨੇ ਕਿਹਾ ਸੀਗਾ ਵੀ ਆ ਕੇ ਤੇਰੀ ਸਹਾਇਤਾ ਕਰ ਦਿਆਂਗੇ। ਹਾਂਜੀ, ਅਵਰ ਉਪਾਏ ਨਹੀਂ ਅਬ ਕੋਈ, ਇੱਕ ਅੱਲਾਹ ਅਵਲ ਲੰਬਹਿ ਹੋਈ, ਹੋਰ ਕੋਈ ਉਪਾਅ ਨਹੀਂ ਹੈ ਗੁਰੂ ਸਾਹਿਬ ਨੇ, ਹੁਣ ਤੇ ਅੱਲਾ ਹੀ ਸਹਾਇਤਾ ਕਰ ਸਕਦਾ। ਉਹ ਬੜੀ ਵੱਡੀ ਫੌਜ ਲੈ ਕੇ ਚੜ੍ਹਾਈ ਕਰ ਦਿੱਤੀ ਹੈ ਤਾਰੇ ਆਜਮ ਨੇ। ਹਾਂਜੀ, ਹੈ ਥੋਰਨ ਕੀ ਮਦਦ ਖੁਦਾਏ, ਜਾਂ ਤੇ ਨਿਸ਼ਚੇ ਮੁਰ ਮਨ ਆਏ, ਅਜੇ ਮਨ 'ਚ ਨਿਸ਼ਚਾ ਹੈ ਵੀ ਅਸੀਂ ਭਾਵੇਂ ਥੋੜ੍ਹੇ ਹਾਂ, ਗੁਰੂ ਗੋਬਿੰਦ ਸਿੰਘ ਜੀ ਸਾਡੀ ਸਹਾਇਤਾ ਕਰਨਗੇ, ਅਜੇ ਨਿਸ਼ਚਾ ਹੈ ਮਨ ਵਿੱਚ। ਹਾਂਜੀ, ਇਤ ਸ਼੍ਰੀ ਗੁਰ ਕਰ ਕੂਚ ਹਮੇਸ਼, ਦਿੱਲੀ ਦਿਸ਼ਕੋ ਗਮਨ ਕੋ ਦੇਸ਼। ਇੱਧਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਵੀ ਦਿੱਲੀ ਵਾਲੇ ਪਾਸੇ ਨੂੰ ਚਾਲਾ ਪਾਤਾ ਜੀ। ਜਦੋਂ ਮਹਾਰਾਜ ਨੂੰ ਪਤਾ ਲੱਗੀ ਵੀ ਜੰਗ ਉੱਥੇ ਹੋਣੀ ਹੈ, ਅਤੇ ਗੁਰੂ ਸਾਹਿਬ ਪੁਸ਼ਕਰ ਤੀਰਥ ਤੋਂ ਅੱਗੇ ਜਾ ਰਹੇ ਸਨ, ਮਹਾਰਾਜ ਨੇ ਦਿੱਲੀ ਵੱਲ ਨੂੰ ਚਾਲਾ ਪਾ ਦਿੱਤਾ ਜੀ। ਹਾਂਜੀ, ਸੰਗ ਖਾਲਸਾ ਦਲ ਸਮਦਾਈ, ਮਹਾਰਾਜ ਜੀ ਦੇ ਨਾਲ ਖਾਲਸੇ ਦੀ ਫੌਜ ਹੈ, ਗੁਰੂ ਸਾਹਿਬ ਤਾਰੇ ਵਾਹਿਗੁਰੂ ਬਹਾਦਰ ਸ਼ਾਹ ਦੀ ਸਹਾਇਤਾ ਵਾਸਤੇ ਪਹੁੰਚ ਰਹੇ ਹੈ। ਮਹਿਮਾ ਸੁਣ ਨਰ ਮਿਲੈ ਸੋ ਆਈ, ਮਹਿਮਾ ਸੁਣ ਕੇ ਸਿੱਖ ਸੰਗਤਾਂ ਰਸਤੇ ਵਿੱਚ ਦਰਸ਼ਨ ਕਰਦੀਆਂ ਵੀ ਮਹਾਰਾਜ ਲੰਘ ਰਹੇ ਹੈ ਸੱਚੇ ਪਾਤਸ਼ਾਹ, ਮਹਾਰਾਜ ਫੌਜ ਲੈ ਕੇ ਜਾ ਰਹੇ ਹੈ, ਉੱਧਰ ਸੰਗਤਾਂ ਰਸਤੇ 'ਚ ਨਮਸਕਾਰਾਂ ਕਰਨ ਦੀਆਂ ਬੇਨਤੀ ਕਰਦੀਆਂ, ਮਹਾਰਾਜ ਕੁਝ ਸਮਾਂ ਰੁਕੋ। ਹਾਂਜੀ, ਦਰਸ਼ਨ ਦੇਤੇ ਕਰਤ ਨਿਹਾਲ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦਰਸ਼ਨ ਦੇ ਕੇ ਨਿਹਾਲ ਕਰਦੇ ਹੋਏ ਅੱਗੇ ਨੂੰ ਜਾ ਰਹੇ ਹੈ ਸੱਚੇ ਪਾਤਸ਼ਾਹ। ਪੁਰਹਿ ਕਾਮਨਾ ਜਨਨ ਕਿਰਪਾਲ, ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਸੰਗਤਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਹੋਏ ਉਸ ਵਾਲੇ ਪਾਸੇ ਜਾ ਰਹੇ ਹੈ, ਉਸ ਪਾਸੇ ਵੱਲ ਜਾ ਰਹੇ ਜਿੱਧਰ ਜੰਗ ਹੋਣੀ ਹੈ ਜੀ। ਹਾਂਜੀ, ਉੱਤ ਅਵਰੰਗ ਕੇ ਨੰਦਨ ਦੋ, ਉੱਧਰ ਔਰੰਗਜ਼ੇਬ ਦੇ ਦੋਵੇਂ ਪੁੱਤਰ ਤਾਰਾ ਆਜਮ ਤੇ ਬਹਾਦਰ ਸ਼ਾਹ, ਭਇਓ ਭੇੜ ਚੰਬਲ ਤੱਟ ਸੋ, ਉਹਨਾਂ ਦਾ ਚੰਬਲ ਨਦੀ ਤੇ ਭੇੜ ਹੋ ਗਿਆ ਜੀ, ਜੰਗ ਸ਼ੁਰੂ ਹੋ ਗਈ ਜੀ। ਉੱਧਰ ਮਹਾਰਾਜ ਰਸਤੇ 'ਚ ਹੈ, ਪਹੁੰਚ ਰਹੇ ਹੈ, ਉੱਧਰ ਜੰਗ ਸ਼ੁਰੂ ਹੋ ਗਈ ਜੀ। ਹਾਂਜੀ, ਦੋਹਾਂ ਦਿਸ਼ਨ ਤੇ ਵੱਜੇ ਨਗਾਰੇ, ਦੋਵੇਂ ਪਾਸਿਓਂ ਖੂਬ ਨਗਾਰੇ ਵੱਜੇ, ਯਾ ਅਲੀ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਜੀ। ਰਣ ਸਿੰਘੇ ਵੱਡ ਸ਼ਬਦ ਉਡਾਰੇ, ਬੜੇ ਬੜੇ ਰਣ ਸਿੰਘੇ ਵੱਜੇ, ਰਣ ਸਿੰਘਾ ਹਰਿਮੰਦਰ ਸਾਹਿਬ ਵੱਜਦਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਆਉਂਦੇ ਹੈ, ਨਗਾਰਾ ਵੀ ਵੱਜਦਾ ਹੈ, ਬਾਦਸ਼ਾਹੀ ਠਾਠ ਨੇ, ਉਹ ਸਾਰਾ ਕੁਝ ਵੱਜ ਰਿਹਾ ਤੇ ਜੰਗ ਆਰੰਭ ਹੋ ਗਈ ਜੀ। ਹਾਂਜੀ, ਲਸ਼ਕਰ ਪਰੇ ਕਰੇ ਅਰ ਅਰੇ, ਛੁੱਟੀ ਤੋਪ ਗਨ ਨਭ ਰਵ ਭਰੇ, ਤੋਪਾਂ ਚੱਲੀਆਂ, ਫੌਜਾਂ ਇੱਕ ਦੂਜੇ ਦੇ ਸਾਹਮਣੇ ਤੋਪਾਂ ਦਾ ਜਵਾਬ ਤੋਪਾਂ ਨਾਲ ਦਿੰਦੇ ਹੈ। ਹਾਂਜੀ, ਧੂਮ ਧਾਰ ਪਸਰੀ ਇੱਕ ਬਾਰੀ, ਇੱਕ ਵਾਰ ਧੂੰਆਂ ਹੀ ਧੂੰਆਂ ਫੈਲ ਗਿਆ ਜੀ ਉੱਥੇ ਪਹਿਲੇ ਦਿਨ ਜੀ। ਹਾਂਜੀ, ਨਹਿ ਦੀਖਤ ਦ੍ਰਿਗ ਪਾਨ ਪਸਾਰੀ, ਅੱਖਾਂ ਤੋਂ ਵਿਖਣਾ ਬੰਦ ਹੋ ਗਿਆ ਦੂਜੇ ਪਾਸੇ ਦੀ ਫੌਜ, ਇੰਨਾ ਧੂੰਆਂ ਉੱਥੇ ਫੈਲ ਗਿਆ ਪਹਿਲੇ ਦਿਨ ਦੀ ਜੰਗ ਵਿੱਚ ਜੀ। ਹਾਂਜੀ, ਸ਼ਲਖ ਜੰਮੂਰਨ ਕੀ ਬੜ ਹੋਈ, ਹਾਂਜੀ ਬਰਖਣ ਲੱਗੇ ਲੋਹੋ ਦਿਸ਼ ਦੋਈ, ਜੰਮੂਰਿਆਂ ਦੀਆਂ ਬੜੀਆਂ ਸ਼ਲਖਾਂ ਚੱਲੀਆਂ, ਦੋਵੇਂ ਪਾਸੇ ਤੋਂ ਲੋਹੇ ਦੀ ਵਰਖਾ ਹੋਣ ਲੱਗ ਪਈ, ਮਾਰੋ ਮਾਰੋ ਇਹ ਆਵਾਜ਼ਾਂ ਆਉਣ ਲੱਗ ਪਈਆਂ ਜੀ, ਮਾਰ ਲਵੋ ਮਾਰ ਲਵੋ ਇਹ ਆਵਾਜ਼ਾਂ ਆਉਂਦੀਆਂ ਰਹੀਆਂ ਜੀ। ਹਾਂਜੀ, ਸਿਵਰ ਕਰਿਓ ਚਹਿ ਖਾਨ ਰੋ ਪਾਨਾ, ਤੇ ਪਹਿਲੇ ਦਿਨ ਜਦੋਂ ਖੂਬ ਜੰਗ ਹੋਈ ਨਾ ਜੀ,
पर गुरु साहब की कृपा नाल दसवें पातशाह की कृपा नाल बहादुर शाह का नुकसान बड़ा घट होया जी, नुकसान ना होया ज्यादा जी। एक दिन सारा दिन जंग चलता रहा, शाम पै गई, फौजा ने कुछ ना कुछ छकिया ते आराम करन लग पे सारे। हाँ जी, त्रिपत हत्यो श्रम भेस सावधाना ते सारे रज के ना जी फिर मुड़ सिपाही सौ गए जी, तारा आजम दे भी ते बहादुर शाह दे भी। एक दिन जंग चलिया जी। हाँ जी, जागृत सोवत रात बिताई, सोच शनान दले समदाई। अगले दिन फिर साध संगत जी जंग फिर आरंभ होगी जी, दूजे दिन फिर जंग आरंभ होगी। ते बहादुर शाह महाराज नू उड़ीकन दिया है भी जंग शुरू हो गई है, ते महाराज सच्चे पातशाह नहीं आए। गुरु साहब भी छेती कर रहे है भी बहादुर शाह दे कोल छेती तो छेती पहुंच गए, ते बहादुर शाह की सहायता करके तारा आजम नू मार दिए जी। हाँ जी, चढ़े लड़न के हेत बहोरी, छुटे शब्द बड़ गोरा गोरी। ते अगले दिन भी बड़ियां गोलियां चलियां, ठा ठा दियां आवाजां सारी दिहाड़ी आउंदियां रहियां जी। हाँ जी, हाय तवाए कर तजे तू फंगै, तीर प्रहारत फोरत अंगै। हुण तीर चलने शुरू हो गए जी फौजां विच जी, उहदी दस गुणा फौज ज्यादी है। बहादुर शाह अपनी फौज बचा के रखदा है, तीर चलदे है, उहदियां फौजां दा नुकसान हुंदा है, तारा आजम दियां फौजां दा नुकसान हुंदा है। हाँ जी, नेजे बंबलाल परमावें, मिले परस पर अयुद्ध कावें। मतलब बड़ा आपस विच भयानक युद्ध होया जी उस दिन जी। इम होए जंग हटे दल दो। उस दिन भी तीरां नाल गोलियां दे नाल जंग होया जी। दो दिन हो गए जंग हुंदिआं नूं, दूजे दिन दी शाम आई जंग फिर बंद हो गया जी। हाँ जी, निज विश्राम कीन सब को। ते महाराज वाहिगुरु सारियां फौजां ने आराम कर लिया जी, रात नूं दूजी रात भी आराम कीता जी। हाँ जी, होत प्रहात उठ बजे नगारे, तीजा दिन होया फिर नगारे बज गए, जंग आरंभ हो गई जी। हाँ जी, जोधा सुनत सनद बद सारे, सारे जोधे साध संगत जी नगारियां दियां आवाजां सुनदे, उन्हां दे अंदर जोश पैदा हुंदा। हाँ जी, दल मुकाबले दोनों भए, दोनों पासे फौजां दा मुकाबला शुरू हो गया जी, अज तीजा दिन है जंग दा। हाँ जी, हमले करत शस्त्र नपट गए, आ खूब हमले हुंदे है, ओ एक दूजे नूं जख्मी करदे है फौजां नूं। बहादुर शाह चिंता तुर हो गया जी। हाँ जी, तारा आजम को बड़ लश्कर, परयो पाए कर कावन कर कर। बस ओ तारा आजम दा लश्कर ना अगे वधी जांदा जी, ओदियां फौजां अगे हौली हौली वधी जा रहियां जी। हाँ जी, आप बहादुर चढ़ियो लड़न को, उत आजम पहुंचियो पिख रण को। हुण तीजे दिन जंग वेखण वास्ते बहादुर शाह आप हाथी ते चढ़िया जी, उधर वड्डा उहदा भरा तारा आजम चढ़ पिया जी। हाँ जी, जुग भराता ने जंग पवाए, उधरों ओ हाथी ते बैठा मारो मारो करन दिया, ते उधर साध संगत जी ओ बैठा मारो मारो करन दे है जी तारा आजम जी। हुणे हुंदा ते होई है मंत्री बैठे उत्तों आखी जांदे, मरदे ते जवान ने ना जी, कद के आखो वाह, हुण भी इहो कुझ हो रहा है, उधरों ओह आखी जांदा है, उधरों ओह आखी जांदा है। हाँ जी, छुटहें तुफंग तोप समदाए, तोपां छड्डनियां जिवें इन्हां भी तोपां जोड़ दित्तियां, तोपां छड्डियां जी उन्हां ने, ठा ठा तोपां वज्जन दईआं जी। हाँ जी, गज पर हुतो बहादुर राए, जो देशां दा अज अपने देश च माहौल बणिआ ओह ही कथा विच आ रहा सारा जी। हाँ जी, तोपां लग गईआं, ठा ठा वज्जन दईआं, उधर हाथी ते बैठा तारा आजम उधरों आखी जांदा है, इधरों हाथी ते बैठा बहादुर शाह इधरों आखी जांदा है। हाँ जी, धर्म सिंह को निकट बिठाए, भाई धर्म सिंह जी प्यारे महाराज जी दे साध संगत जी, ओ तारा आजम दे वाहिगुरु बहादुर शाह दे लागे बैठे है। हाँ जी, गुर गाथा को मुख हो उचारे, महाराज दियां गल्लां करन दे है, बहादुर शाह सोचन दे आउन नहीं दे, ते महाराज पहुंच चले सन लागे, महाराज लागे पहुंच गए सन, ते बहादुर शाह सोचन दे भी महाराज सच्चे पातशाह आउन नहीं दे। प्यारे धर्म सिंह जी कहिंदे भी भरोसा कर, महाराज हुणे आ जाणा गुरु साहब ने।
ਹਾਂਜੀ ਹੋਤ ਦੂਰ ਲਗ ਜੰਗ ਨਿਹਾਰੇ ਹਾਂਜੀ ਦੋਏ ਦਿਸ਼ ਤੇ ਹਮਲੇ ਹੋਏ ਘਨੇ ਸੁਭੱਟ ਪਰਸ ਪਰ ਅਯੁੱਧ ਹਨੇ ਤਬ ਚਿਤਵ ਤਿਓ ਚਿਤ ਵੱਡੇ ਲਹਿਰ ਗੇ ਵਿਜੇ ਭਈ ਗੁਰ ਸਵਾਲ ਕਰੇਂਗੇ ਉੱਥੇ ਫਿਰ ਬਹਾਦਰ ਸ਼ਾਹ ਦਾ ਮਨ ਖਰਾਬ ਹੋਇਆ ਜੀ ਗੱਜ ਕੇ ਆਖੋ ਵਾਹਿਗੁਰੂ ਗੱਜ ਕੇ ਵਾਹਿਗੁਰੂ ਬਹਾਦਰ ਸ਼ਾਹ ਨੇ ਪਤਾ ਕੀ ਸੋਚਿਆ ਜੀ ਵੀ ਭਾਈ ਧਰਮ ਸਿੰਘ ਜੀ ਕਹਿੰਦੇ ਮਹਾਰਾਜ ਲਾਗੇ ਆ ਗਏ ਤੇ ਮਹਾਰਾਜ ਆ ਗਏ ਤੇ ਮਾਰ ਦੇਣਗੇ ਤਾਰਾ ਆਜਮ ਨੂੰ ਬਹਾਦਰ ਸ਼ਾਹ ਸੋਚਦਾ ਵੀ ਉਹ ਜਿਹੜਾ ਮਹਾਰਾਜ ਨੇ ਸਵਾਲ ਕੀਤਾ ਨਾ ਵੀ ਜੰਗ ਹੋਏਗੀ ਉਹਦੇ ਤੋਂ ਬਾਅਦ ਇੱਕ ਸਵਾਲ ਕਰਾਂਗੇ ਤੂੰ ਪੂਰਾ ਕਰਨਾ ਬਹਾਦਰ ਸ਼ਾਹ ਸੋਚਣ ਦਿਆ ਵੀ ਦਲ ਵੀ ਆ ਰਿਹਾ ਮਹਾਰਾਜ ਦਾ ਤੇ ਮਹਾਰਾਜ ਨੇ ਵੀ ਆ ਜਾਣਾ ਤੇ ਮਹਾਰਾਜ ਆਪੇ ਤਾਰਾ ਆਜਮ ਨੂੰ ਮਾਰ ਦੇਣਾ ਮਹਾਰਾਜ ਨੇ ਹਾਂਜੀ ਮਹਾਂ ਬਿਖਮ ਤੇ ਦਿਓ ਨਾ ਜਾਈ ਤੇ ਜੰਗ ਜਿੱਤਣ ਤੋਂ ਬਾਅਦ ਜਿਹੜਾ ਮਹਾਰਾਜ ਨੇ ਮੇਰੇ ਕੋਲ ਸਵਾਲ ਕਰਨਾ ਇੱਕ ਮੰਗ ਕਰਨੀ ਮਹਾਰਾਜ ਨੇ ਇਹਨੂੰ ਜਿਹੜਾ ਸਵਾਲ ਕਰਨਾ ਨਾ ਮਹਾਰਾਜ ਨੇ ਜੇ ਤੇ ਔਖਾ ਹੋਇਆ ਸਵਾਲ ਹਾਂਜੀ ਹੋਏ ਸੁਖੇਨ ਮੈਂ ਦਿਓ ਬਣਾਈ ਉਹ ਮੈਂ ਦੇਣਾ ਨਹੀਂ ਹੈ ਗੱਜ ਕੇ ਆਖੋ ਵਾਹ ਔਖਾ ਹੋਇਆ ਸਵਾਲ ਜੇ ਮੇਰੇ ਕੋਲ ਦਿੱਤਾ ਨਾ ਜਵਾਬ ਦੇ ਗਿਆ ਮਹਾਰਾਜ ਨੇ ਕਹਿਣਾ ਬੰਦੇ ਸਾਨੂੰ ਦੇ ਦੇ ਇਹਨੂੰ ਅਜੇ ਇਸ ਗੱਲ ਦਾ ਪਤਾ ਤਾਂ ਨਹੀਂ ਹੈ ਸੋਚਦਾ ਹੈ ਮਨ ਵਿੱਚ ਜੇ ਕੰਮ ਔਖਾ ਹੋਇਆ ਤੇ ਮੈਂ ਫਿਰ ਇੱਕ ਕੰਮ ਕਰਾਂਗਾ ਹਾਂਜੀ ਨਾਹੇ ਤਾਂ ਟਾਰੋਂਗੋ ਜਬ ਕਹੈ ਜਦੋਂ ਮਹਾਰਾਜ ਮੈਨੂੰ ਕਿਹਾ ਕਰਨਗੇ ਆਪੇ ਟਾਲ ਦਿਆ ਕਰਾਂਗਾ ਗੱਜ ਕੇ ਆਖੋ ਅਜੇ ਜੰਗ ਜਿੱਤੀ ਵੀ ਨਹੀਂ ਗਈ ਅਜੇ ਮਹਾਰਾਜ ਆਏ ਵੀ ਨਹੀਂ ਤੇ ਇਹਨੇ ਪਹਿਲਾਂ ਹੀ ਮਾੜੇ ਫੁਰਨੇ ਬਣਾਉਣੇ ਸ਼ੁਰੂ ਕਰਤੇ ਜੀ ਬੰਦੇ ਦਾ ਸੁਭਾਅ ਹੈ ਜੀ ਇਹਨੇ ਪਹਿਲਾਂ ਹੀ ਬੇਈਮਾਨੀ ਸ਼ੁਰੂ ਕਰਤੀ ਜੀ ਕਰਨੀ ਜੀ ਜਦੋਂ ਬੇਈਮਾਨੀ ਕਰਨੀ ਸ਼ੁਰੂ ਕਰਤੀ ਉਧਰੋਂ ਬਹਾਦਰ ਸ਼ਾਹ ਸੋਚਣ ਦਿਆ ਇਧਰੋਂ ਮਹਾਰਾਜ ਨੂੰ ਸਾਰਾ ਕੁਝ ਪਤਾ ਲੱਗੀ ਜਾ ਰਿਹਾ ਹੈ ਜੀ ਵੀ ਬਹਾਦਰ ਸ਼ਾਹ ਆਪਣੇ ਮਨਸੂਬੇ ਤੋਂ ਡਿੱਗ ਰਿਹਾ ਹੈ ਇਹ ਆਪਣੇ ਮਨੋਬਲ ਇਹਦਾ ਘਟਣ ਲੱਗ ਪਿਆ ਇਹ ਸੋਚਣ ਦਿਆ ਵੀ ਮਹਾਰਾਜ ਆਉਣਗੇ ਜੇ ਕੁਝ ਮੰਗਣਗੇ ਸਵਾਲ ਕਰਨਗੇ ਮੈਂ ਟਾਲ ਮਟੋਲਾ ਕਰ ਦਿਆ ਕਰਾਂਗਾ ਹਾਂਜੀ ਇਸ ਪ੍ਰਕਾਰ ਮਨ ਰਨ ਕੋ ਲਹੈ ਇਸ ਪ੍ਰਕਾਰ ਜੰਗ ਦੇ ਮੈਦਾਨ 'ਚ ਖਲੋ ਕੇ ਬਹਾਦਰ ਸ਼ਾਹ ਵਿਚਾਰ ਕਰਨ ਦਿਆ ਹੈ ਤੇ ਕਦੇ ਗੱਜ ਕੇ ਆਖੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਉੱਥੇ ਬੈਠੇ ਹੀ ਕਰੀ ਜਾਂਦੇ ਸਾਰਾ ਕੁਛ ਜੀ ਵੇਖੀ ਜਾਂਦੇ ਉਹਦਾ ਮਨ ਪੜ੍ਹੀ ਜਾਂਦੇ ਸਾਰਾ ਜੀ ਮਹਾਰਾਜ ਆਉਣ ਦੇ ਹੈ ਪਰ ਜਦੋਂ ਬਹਾਦਰ ਸ਼ਾਹ ਨੇ ਇਹ ਸੋਚਿਆ ਨਾ ਮਹਾਰਾਜ ਨੂੰ ਟਾਲ ਦਿਆਂਗਾ ਜਿੱਤਣ ਤੋਂ ਬਾਅਦ ਮਹਾਰਾਜ ਉੱਥੇ ਹੀ ਰੁਕ ਗਏ ਸੱਚੇ ਪਾਤਸ਼ਾਹ ਉੱਥੇ ਹੀ ਰੁਕ ਗਏ ਮਹਾਰਾਜ ਹਾਂਜੀ ਹਮਲਾ ਭਇਓ ਸੈਨ ਸਮਦਾਇਆ ਉਧਰੋਂ ਵੱਡਾ ਹਮਲਾ ਹੋ ਗਿਆ ਜੀ ਹਾਂਜੀ ਸ਼ਾਹ ਬਹਾਦਰ ਸ਼ੋਰ ਪਲਾਇਆ ਤੇ ਬਹਾਦਰ ਸ਼ਾਹ ਨੂੰ ਰਣ ਖੇਤਰ ਛੱਡ ਕੇ ਭੱਜਣਾ ਪਿਆ ਇੰਨਾ ਵੱਡਾ ਹਮਲਾ ਰੋ ਝੱਲ ਨਾ ਸਕਿਆ ਜੀ ਉਹ ਹਾਂਜੀ ਭਾਜੇ ਸੁਭੱਟ ਧੀਰ ਨਹਿ ਧਾਰੀ ਜਦੋਂ ਤਾਰਾ ਆਜਮ ਨੇ ਬਹੁਤ ਹਮਲਾ ਕੀਤਾ ਤੇ ਬਹਾਦਰ ਸ਼ਾਹ ਦੀਆਂ ਫੌਜਾਂ ਭੱਜਣੀਆਂ ਸ਼ੁਰੂ ਹੋ ਗਈਆਂ ਅਸਲ ਵਿੱਚ ਮਹਾਰਾਜ ਰੁਕ ਕੇ ਸਨ ਗੁਰੂ ਸਾਹਿਬ ਨੇ ਬੈਠਿਆਂ ਹੀ ਕਲਾ ਵਰਤਾ ਦਿੱਤੀ ਜੀ ਉੱਥੋਂ ਜੀ ਫੌਜਾਂ 'ਚ ਕਿੱਥੋਂ ਬਲ ਆਉਣਾ ਸੀ ਆਪਣੇ ਤੋਂ 10 ਗੁਣਾ ਵੱਧ ਫੌਜ ਨਾਲ ਲੜਾਈ ਕਰਨ ਦੇ ਹੈ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਉੱਥੋਂ ਬੈਠੇ ਹੀ ਉਹਨਾਂ ਦਾ ਮਨੋਬਲ ਵਧਾਈ ਜਾਂਦੇ ਸੀਗੇ ਸਿਪਾਹੀਆਂ ਦਾ ਜੀ ਮਹਾਰਾਜ ਬੈਠ ਕੇ ਫੌਜਾਂ ਭੱਜਣੀਆਂ ਸ਼ੁਰੂ ਹੋ ਗਈਆਂ ਜੀ ਕਿਰਪਾ ਵਰਤਣੀ ਬੰਦ ਹੋ ਗਈ ਜੀ ਅਧਿਕ ਦਲ ਰਣ ਕਿਆ ਰਣ ਕਰੇ ਉਹ ਕਹਿੰਦੇ ਉਹ ਇੰਨੀ ਫੌਜ ਹੈ ਅਸੀਂ ਕੀ ਕਰੀਏ ਇੱਥੇ ਹਾਂਜੀ ਸੰਧਿਆ ਕੋ ਉਤਰਿਓ ਵਿੱਚ ਡੇਰੇ ਸਾਰੇ ਸ਼ਾਮ ਨੂੰ ਆਪੋ ਆਪਣੀਆਂ ਥਾਵਾਂ ਤੇ ਜਾ ਕੇ ਪਹੁੰਚ ਕੇ ਤਾਰਾ ਆਜਮ ਨੇ ਉਧਰੋਂ ਜੰਗ ਬੰਦ ਕਰਾਤੀ ਬਹਾਦਰ ਸ਼ਾਹ ਨੇ ਇਧਰੋਂ ਬੰਦ ਕਰਾਤੀ ਹਾਂਜੀ ਸੰਕਟ ਤੇ ਉਰ ਚਿੰਤ ਕਨੇਰੇ ਬੜਾ ਸੰਕਟ ਪੈ ਗਿਆ ਤੇ ਬਹਾਦਰ ਸ਼ਾਹ ਬੜਾ ਚਿੰਤਤ ਹੈ ਵੀ ਅੱਜ ਤੀਜਾ ਦਿਨ ਹੋ ਗਿਆ ਮਹਾਰਾਜ ਨੇ ਤੇ ਪਹੁੰਚ ਜਾਣਾ ਸੀ ਅੱਜ ਪਰ ਬਹਾਦਰ ਸ਼ਾਹ ਦਾ ਜਿਹੜਾ ਮਾੜਾ ਫੁਰਨਾ ਬਣ ਗਿਆ ਨਾ ਮਹਾਰਾਜ ਜਿੱਥੇ ਸਨ ਉੱਥੇ ਰੁਕ ਗਏ ਜੀ ਤੇ ਉਹ ਹੁਣ ਸੰਕਟ ਮਹਿਸੂਸ ਕਰਨ ਦਿਆ ਚਿੰਤਾ ਮਹਿਸੂਸ ਕਰਨ ਦਿਆ ਹਾਂਜੀ ਨੰਦ ਲਾਲ ਕੋ ਲੀਨ ਬੁਲਾਏ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਨੂੰ ਬੁਲਾਇਆ ਆਪਣੇ ਕੋਲ ਤੰਬੂ ਵਿੱਚ ਹਾਂਜੀ ਕਹਿਓ ਗੁਰੂ ਢਿੱਗ ਤੂਰਨ ਜਾਏ ਕਹਿੰਦਾ ਜਾ ਨੰਦ ਲਾਲ ਛੇਤੀ ਜਾ ਮੁਨਸ਼ੀ
ਗੁਰੂ ਸਾਹਿਬ ਦੇ ਕੋਲ ਜਾ ਵਾਪਸ। ਹਾਂਜੀ, ਕਦਮ ਪਦਮ ਕੋ ਨਮੋ ਕਰੇ ਹੋ, ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰ ਜਾ ਕੇ। ਹਾਂਜੀ, ਮੇਰੋ ਸਕਲ ਪ੍ਰਸੰਗ ਸੁਨੇ ਹੋ, ਤੇ ਜਾ ਕੇ ਮੇਰਾ ਸਾਰਾ ਪ੍ਰਸੰਗ ਸੁਣਾ। ਅੱਜ ਫੌਜਾਂ ਪਿੱਛੇ ਭੱਜ ਪਈਆਂ, ਅੱਜ ਹਾਰ ਹੋਈ ਹੈ ਸਾਡੀ ਇੱਕ ਹਿਸਾਬ ਨਾਲ। ਹਾਂਜੀ, ਆਪ ਸੰਗ ਮਮ ਪਿਤਾ ਬਿਗਾਰੀ, ਸੋ ਅਪਰਾਧੀ ਲਿਹੋ ਵਿਚਾਰੀ। ਤੇ ਕਹਿੰਦਾ ਮਹਾਰਾਜ, ਕਿਤੇ ਇਹ ਤਾਂ ਨਹੀਂ ਸੋਚਦੇ ਵੀ ਇਹ ਔਰੰਗਜ਼ੇਬ ਦਾ ਪੁੱਤਰ ਹੈ ਤੇ ਇਹਨਾਂ ਨੂੰ ਆਪਸ 'ਚ ਲੜਾ ਕੇ ਮਰਵਾ ਦਈਏ। ਕੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਤੇ ਗੱਲ ਪਰਮੇਸ਼ਰ ਤੇ ਛੱਡੀ ਸੀ ਸਾਰੀ, ਇਹ ਆਪੇ ਹੀ ਬੇਨਤੀ ਕਰਨ ਲਈ ਆਏ ਜੀ। ਤੇ ਮਹਾਰਾਜ ਵਿੱਚ ਆਏ ਜੀ। ਕਹਿੰਦਾ ਮਹਾਰਾਜ ਸੋਚਦੇ ਹੋਣੇ ਔਰੰਗਜ਼ੇਬ ਦਾ ਪੁੱਤਰ ਹੈ ਉਹਦੇ ਵਰਗਾ ਹੈ। ਤੇ ਮਹਾਰਾਜ ਨੂੰ ਆਖੋ ਵੀ ਮੈਂ ਬੱਚਾ ਮਹਾਰਾਜ ਦਾ, ਅੰਦਰ ਖਾਤੇ ਔਰੰਗਜ਼ੇਬ ਵਾਲੀ ਨੀਤੀ ਹੈ ਵੀ ਮੁੱਕਰ ਜਾਵਾਂਗਾ, ਖੂਨ ਉਹਦਾ ਹੈ ਨਾ ਵੀ ਮੈਂ ਟਾਲ ਦਿਆਂਗਾ। ਹਾਂਜੀ, ਮੈਂ ਗੁਲਾਮ ਸਮਰਾਵਰ ਕੇਰਾ। ਪਰ ਉੱਤੋਂ ਕਹਿੰਦਾ ਜਾ ਕੇ ਮਹਾਰਾਜ ਨੂੰ ਆਖੋ ਵੀ ਮੈਂ ਗੁਲਾਮ ਹਾਂ, ਮੈਂ ਤੇ ਤੁਹਾਡਾ ਦਾਸ ਹਾਂ। ਹਾਂਜੀ, ਤੁਮ ਬਚ ਪਰ ਵਿਸ਼ਵਾਸ ਬਡੇਰਾ, ਤੇ ਮੇਰਾ ਤੁਹਾਡੇ ਬਚਨ ਤੇ ਭਰੋਸਾ ਮਹਾਰਾਜ, ਤੁਹਾਡੇ ਬਚਨ ਤੇ। ਹਾਂਜੀ, ਜਿਸ ਕੋ ਸੁਣ ਰਣ ਮੰਡਿਓ ਆਏ, ਤੇ ਜਿਹਦੇ ਕਰਕੇ ਮਹਾਰਾਜ ਮੈਂ ਇੰਨਾ ਵੱਡਾ ਲਸ਼ਕਰ ਲੈ ਕੇ, ਵਾਹਿਗੁਰੂ ਇੰਨੀ ਕੁ ਫੌਜ ਲੈ ਕੇ ਇੰਨੀ ਵੱਡੀ ਫੌਜ ਨਾਲ ਲੜਨ ਲੱਗ ਪਿਆ। ਨਤ ਮੈਂ ਕਹਾਂ ਨਾ ਕੁਛ ਬਣ ਆਏ, ਤੇ ਮਹਾਰਾਜ ਆ ਕੇ ਮੇਰੀ ਛੇਤੀ ਤੋਂ ਛੇਤੀ ਸਹਾਇਤਾ ਕਰੋ, ਮੈਂ ਤੇ ਹਾਰ ਰਿਹਾ, ਮੇਰੀ ਛੇਤੀ ਤੋਂ ਛੇਤੀ ਸਹਾਇਤਾ ਕਰੋ। ਜਾ ਨੰਦ ਲਾਲ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕਰ, ਕਿੱਥੇ ਰਹਿ ਪਏ ਗੁਰੂ ਸਾਹਿਬ। ਹਾਂਜੀ, ਸੁਣ ਕੇ ਨੰਦ ਲਾਲ ਚੜ ਗਏ। ਇਹ ਸੁਣ ਕੇ ਭਾਈ ਨੰਦ ਲਾਲ ਜੀ ਉਸੇ ਵੇਲੇ ਚੜ ਕੇ ਗਏ ਸਾਧ ਸੰਗਤ ਘੋੜੇ ਤੇ, ਨਾਲ ਸਾਧ ਸੰਗਤ ਜੀ ਆਪਣੇ ਕੁਝ ਬੰਦੇ ਲਏ ਉਹਨਾਂ ਨੇ। ਹਾਂਜੀ, ਸ਼ੀਘਰ ਪਹੁੰਚ ਗੁਰ ਦਰਸ਼ਨ ਕੀਓ। ਭਾਈ ਨੰਦ ਲਾਲ ਜੀ ਛੇਤੀ ਨਾਲ ਗਏ, ਰਾਤ ਦਾ ਸਮਾਂ ਜਿੱਥੇ ਤੰਬੂ ਵਿੱਚ ਮਹਾਰਾਜ ਬੈਠੇ ਸਨ, ਭਾਈ ਨੰਦ ਲਾਲ ਜੀ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਪਹੁੰਚੇ ਹੈ। ਹਾਂਜੀ, ਨਮੋ ਕੀਨ ਬਿਰਤਾਂਤ ਸੁਣਾਇਓ। ਆ ਕੇ ਮਹਾਰਾਜ ਨੂੰ ਭਾਈ ਨੰਦ ਲਾਲ ਜੀ ਨੇ ਮੱਥਾ ਟੇਕਿਆ, ਆਪਾਂ ਵੀ ਟੇਕੀਏ। ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਆ ਕੇ ਮੱਥਾ ਟੇਕਿਆ, ਗੁਰੂ ਸਾਹਿਬ ਦੇ ਚਰਨਾਂ ਚ ਬੇਨਤੀ ਕੀਤੀ ਆ ਕੇ। ਸ਼ਾਹ ਬਹਾਦਰ ਬਹੁ ਦੁੱਖ ਪਾਇਓ। ਮਹਾਰਾਜ ਬਹਾਦਰ ਸ਼ਾਹ ਉੱਥੇ ਬੈਠਾ ਬੜਾ ਦੁਖੀ ਹੋ ਰਿਹਾ। ਭਾਈ ਨੰਦ ਲਾਲ ਜੀ ਨੂੰ ਨਹੀਂ ਨਾ ਪਤਾ ਵੀ ਉਹਨੇ ਕਿਹੋ ਜਿਹੇ ਫੁਰਨੇ ਬਣਾਏ ਹੈ, ਕਿਹੜੀ ਸੋਚ ਸੋਚੀ ਹੈ ਮਹਾਰਾਜ ਬਾਰੇ। ਹਾਂਜੀ, ਚਾਹਤ ਆਪ ਕੀ ਅਭੈ ਸਹਾਏ। ਮਹਾਰਾਜ ਉਹ ਆਪ ਜੀ ਦੀ ਸਹਾਇਤਾ ਚਾਹੁੰਦਾ ਹੈ। ਹਾਂਜੀ, ਕਰੋ ਕਿਰਪਾ ਦੇਹੋ ਵਿਜੈ ਉਪਾਏ। ਮਹਾਰਾਜ ਕਰੋ ਕਿਰਪਾ, ਤਿੰਨ ਦਿਨ ਹੋ ਗਏ ਜੰਗ ਆਰੰਭ ਹੋਈ ਨੂੰ, ਜਿੱਤ ਹੋਵੇ ਮਹਾਰਾਜ ਸਾਡੀ। ਹਾਂਜੀ, ਸੁਣ ਸਤਿਗੁਰੂ ਉਚਾਰਨ। ਸੁਣ ਸਤਿਗੁਰੂ ਉਚਾਰਨ, ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਿਆ, ਬਚਨ ਕੀਤਾ ਭਾਈ ਨੰਦ ਲਾਲ ਜੀ ਨੂੰ। ਰਾਤ ਦਾ ਸਮਾਂ, ਤੰਬੂ ਵਿੱਚ ਮਹਾਰਾਜ ਬੈਠੇ ਹੈ, ਭਾਈ ਨੰਦ ਲਾਲ ਜੀ ਹੱਥ ਜੋੜ ਕੇ ਸਤਿਗੁਰੂ ਜੀ ਦੇ ਸਾਹਮਣੇ ਬੈਠੇ ਹੈ। ਹਾਂਜੀ, ਚੜਿਓ ਜੰਗ ਔਰ ਤਿਸਕੇ ਫੁਰੀ। ਗੱਜ ਕੇ ਆਖੋ ਵਾਹਿਗੁਰੂ। ਅਸੀਂ ਤੇ ਅੱਜ ਪਹੁੰਚ ਜਾਣਾ ਸੀ, ਮਹਾਰਾਜ ਕਹਿੰਦੇ ਪਹੁੰਚ ਜਾਣਾ ਸੀ, ਪਰ ਅੱਜ ਉਹ ਜੰਗ ਵਿੱਚ ਸੋਚਾਂ ਕੀ ਸੋਚਣ ਦੇ ਆ ਉਹ ਸਾਨੂੰ ਪਤਾ ਲੱਗਣ ਦਈਆਂ ਸਨ। ਮਹਾਰਾਜ ਕਹਿੰਦੇ ਦੱਸੀਏ ਨੰਦ ਲਾਲ, ਅੱਜ ਬਹਾਦਰ ਸ਼ਾਹ ਕੀ ਸੋਚਣ ਦਿਆ ਸੀਗਾ। ਹਾਂਜੀ, ਗੁਰ ਕੋ ਸਵਾਲ ਬਿਖਮ ਨਹਿ ਦੈ ਹੋ, ਕਿ ਜੰਗ ਜਿੱਤਣ ਤੋਂ ਬਾਅਦ ਜਿਹੜਾ ਮਹਾਰਾਜ ਨੇ ਸਵਾਲ ਕਰਨਾ ਹੈ ਨਾ ਇੱਕ, ਜੇ ਉਹ ਔਖਾ ਹੋਇਆ। ਹਾਂਜੀ, ਹੋਹੈ ਸੁਗਮ ਸੋ ਸੁਨਤ ਕਰੈ ਹੋ, ਜੇ ਤੇ ਸੌਖਾ ਹੋਇਆ ਤੇ ਪੂਰਾ ਕਰਾਂਗਾ, ਔਖਾ ਹੋਇਆ ਤੇ ਛੱਡ ਦਿਆਂਗਾ। ਜੇ ਤੇ ਕੰਮ ਔਖਾ ਹੋਇਆ, ਔਖਾ ਕੰਮ ਕਰਨ ਨੂੰ ਕਹਿਣਗੇ ਤੇ ਛੱਡ ਦਿਆਂਗਾ, ਸੌਖਾ ਹੋਇਆ ਤੇ ਕਰ ਲਵਾਂਗਾ। ਇਹ ਤੇ ਆਪਣਾ ਹੀ ਮਤਲਬ ਹੋ ਗਿਆ ਨਾ। ਹਾਂਜੀ, ਯਾਂ ਤੇ ਹੋਤ ਪਰਾਜੈ ਤਾਹੇ, ਹਾਂਜੀ, ਡੋਲਿਓ ਸਿਦਕ ਨਾ ਦਿੜ ਉਰਮਾਹੇ। ਮਹਾਰਾਜ ਕਹਿੰਦੇ ਇਸ ਕਰਕੇ ਅਸੀਂ ਰੁਕ ਗਏ। ਮਹਾਰਾਜ ਕਹਿੰਦੇ ਦੋ ਦਿਨ ਤੁਹਾਡੀ ਹਾਰ ਨਹੀਂ ਹੋਈ, ਅੱਜ ਤੀਜੇ ਦਿਨ ਹਾਰ ਕਿਉਂ ਹੋਈ ਹੈ? ਉਹਦਾ ਕਾਰਨ ਵੀ ਇਹ ਹੈ, ਜਦੋਂ ਉਹਨੇ ਮਾੜਾ ਫੁਰਨਾ ਬਣਾ ਲਿਆ ਉਸੇ ਵੇਲੇ ਹਾਰਨਾ ਸ਼ੁਰੂ ਹੋ ਗਿਆ। ਮਹਾਰਾਜ ਕਹਿੰਦੇ ਆ ਇਹਦਾ ਮਤਲਬ ਬੈਠਿਆਂ ਬੈਠਿਆਂ ਵੀ ਮਹਾਰਾਜ ਕਿਰਪਾ ਭੇਜ ਰਹੇ ਸਨ ਨਾ ਜੀ ਉੱਥੇ ਜੀ।
ਜੇ ਸਾਬਤ ਆਪਣੋ ਮਨ ਕਰੈ ਤਬ ਸਹਾਇਤਾ ਲੈ ਰਿਪ ਹਰੈ। ਜੇ ਆਪਣਾ ਮਨ ਸਾਬਤ ਰੱਖੇਗਾ, ਸਾਡੀ ਗੱਲ ਮੰਨਣ ਨੂੰ ਤਿਆਰ ਹੈ, ਤੇ ਮਹਾਰਾਜ ਕਹਿੰਦੇ ਅਸੀਂ ਉਹਦੀ ਪੂਰੀ ਸਹਾਇਤਾ ਕਰਾਂਗੇ, ਆਪਣੇ ਸਵਾਲ ਤੋਂ ਨਾ ਡੋਲਿਓ। ਹਾਂਜੀ, ਹਮਕੋ ਰਹਿਓ ਨਹੀਂ ਇਤਬਾਰ। ਮਹਾਰਾਜ ਕਹਿੰਦੇ ਅਸੀਂ ਉਹਦੇ ਅੰਦਰ ਦਾ ਫੁਰਨਾ ਵੇਖ ਲਿਆ, ਸਾਨੂੰ ਇਤਬਾਰ ਨਹੀਂ ਰਿਹਾ। ਔਰ ਇੱਥੇ ਗੱਜ ਕੇ ਆਖੋ ਵਾਹਿਗੁਰੂ। ਸਾਧ ਸੰਗਤ ਜੀ, ਬੰਦਾ ਜੀਵ ਦੀ ਚਤੁਰਾਈ ਵਰਤ ਦੇਗਾ, ਮਨ ਦਾ ਕਿੱਥੇ ਖੜੇਗਾ? ਜੋ ਮਨ 'ਚ ਚੱਲਣ ਦਿਆ ਉਹ ਕਿੱਥੇ ਖੜੇਗਾ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹਦਾ ਮਨ ਅਸੀਂ ਵੇਖ ਲਿਆ, ਪੜ੍ਹ ਲਿਆ ਉਹਦਾ ਮਨ ਅਸੀਂ। ਹਾਂਜੀ, ਫਿਰ ਜੈ ਹੈ ਨਿਜ ਕਾਜ ਸੁਧਾਰ। ਮਹਾਰਾਜ ਕਹਿੰਦੇ ਇਹ ਵੀ ਦੱਸ ਦਈਏ, ਜਦੋਂ ਉਹਦਾ ਕੰਮ ਸੌਰ ਗਿਆ ਉਹਨੇ ਫਿਰ ਜਾਣਾ। ਮਹਾਰਾਜ ਕਹਿੰਦੇ ਫਿਰ ਜਾਣਾ ਉਹਨੇ, ਉਹਨੇ ਸਾਡੀ ਗੱਲ ਨਹੀਂ ਮੰਨੀ, ਇੱਕ ਵਾਰੀ ਬਾਦਸ਼ਾਹ ਬਣ ਗਿਆ ਸਹੀ। ਮਹਾਰਾਜ ਕਹਿੰਦੇ ਹਾਂਜੀ, ਜਾਂ ਤੇ ਅਬ ਲਿਖ ਦੇਹੇ ਕਰ ਸੰਗ। ਫਿਰ ਵੀ ਮਹਾਰਾਜ ਕਹਿੰਦੇ ਜਾ ਜਾਓ ਬਹਾਦਰ ਸ਼ਾਹ ਨੂੰ ਆਖੋ, ਕਾਗਜ਼ 'ਤੇ ਲਿਖ ਕੇ ਸਾਨੂੰ ਦੇਵੇ ਵੀ ਜਿਹੜੀ ਗੱਲ ਅਸੀਂ ਕਵਾਂਗੇ ਉਹ ਮੰਨੇਗਾ, ਜਿਹੜਾ ਸਵਾਲ ਕਰਾਂਗੇ ਉਹ ਪੂਰਾ ਕਰੇਗਾ। ਹਾਂਜੀ, ਇੱਕ ਸਵਾਲ ਮੈਂ ਦੇਹੋਂ ਅਭੰਗ। ਇੱਕ ਸਵਾਲ ਪੱਕੀ ਤਰ੍ਹਾਂ ਮੈਂ ਮਹਾਰਾਜ ਦਿਆਂਗਾ, ਜਿਹੜਾ ਆਪ ਜੀ ਕਹਿ ਰਹੇ ਹੋ, ਜੇ ਲਿਖ ਕੇ ਦੇਗਾ ਫਿਰ ਅਸੀਂ ਸਹਾਇਤਾ ਕਰਨੀ ਹੈ। ਹਾਂਜੀ, ਨਿਜ ਮਾਤੁਲ ਕੋ ਪੱਠਾ ਇੱਕ ਥਾਏ। ਕਿਉਂ? ਮਹਾਰਾਜ ਸੱਚੇ ਪਾਤਸ਼ਾਹ ਸਾਰੇ ਘੱਟ ਘੱਟ ਦੀ ਜਾਣਦੇ ਹੈ। ਗੱਜ ਕੇ ਆਖੋ ਵਾਹਿਗੁਰੂ। ਹੁਣ ਇਹ ਗੱਲ ਕਰ ਚੁੱਕਾ ਹੈ ਨਾ, ਜੇ ਉਦੋਂ ਵੀ ਅਰਦਾਸ ਕਰਕੇ ਕਹਿ ਦਿੰਦਾ ਨਾ ਮਹਾਰਾਜ ਮੈਂ ਕਿੱਥੋਂ ਗਰੀਬ ਬੰਦਾ ਤੁਹਾਡੇ ਸਵਾਲ ਪੂਰੇ ਕਰਨ ਜੋਗਾ, ਮਹਾਰਾਜ ਨੇ ਤਾਂ ਵੀ ਕਿਰਪਾ ਕਰ ਦੇਣੀ ਸੀ ਪਹਿਲਾਂ ਕਹਿ ਕੇ। ਹੁਣ ਮਨ 'ਚ ਮੁਕਰਨ ਦਿਆ, ਅਜੇ ਮੂੰਹ 'ਤੇ ਨਹੀਂ ਮੁਕਰਿਆ, ਅਜੇ ਮਨ 'ਚ ਹੀ ਮੁਕਰਿਆ ਵੀ ਮੈਂ ਇੰਜ ਕਰਾਂਗਾ। ਹਾਂਜੀ, ਨਿਜ ਮਾਤੁਲ ਕੋ ਪੱਠੇ ਇਥਾਏ। ਮਹਾਰਾਜ ਕਹਿੰਦੇ ਆਪਣੇ ਮਾਮੇ ਦੇ ਹੱਥ ਲਿਖਤ ਪਹੁੰਚਾਵੇ, ਮਾਮੇ ਨੂੰ ਵੀ ਗਵਾਹ ਪਾ ਲੈਣਾ ਮਹਾਰਾਜ ਨੇ। ਹਾਂਜੀ, ਗੁਰ ਕੀ ਪੁੰਨ ਸਹਾਇਤਾ ਪਾਹੇ। ਫਿਰ ਜਿੰਨੀ ਮਰਜ਼ੀ ਸਹਾਇਤਾ ਲਵੇ, ਹੁਣ ਉਹਨੇ ਵਿੱਚ ਆਪ ਹੀ ਇਹ ਕੰਮ ਕੀਤਾ, ਜੇ ਪਹਿਲਾਂ ਹੀ ਨਿਮਰਤਾ ਨਾ ਕਹਿ ਦਿੰਦਾ ਤਾਂ ਵੀ ਕੋਈ ਗੱਲ ਨਹੀਂ ਸੀ। ਹਾਂਜੀ, ਲੇਹੋ ਸਲਤਨ ਸ਼ਤਰੂ ਗਨ ਘਾਏ, ਤਾਰਾ ਆਜ਼ਮ ਕੋ ਹਮ ਮਾਰੈ, ਤਖਤ ਬਹਾਦਰ ਸ਼ਾਹ ਬਿਠਾਰੈ। ਉਹਨੂੰ ਆਖੋ ਆਪ ਲਿਖ ਕੇ ਭੇਜੇ, ਬਾਕੀ ਤਾਰਾ ਆਜ਼ਮ ਨੂੰ ਜੰਗ ਦੇ ਮੈਦਾਨ 'ਚ ਪਹੁੰਚ ਕੇ ਮਾਰਾਂਗੇ। ਮਹਾਰਾਜ ਕਹਿੰਦੇ ਤਖਤ 'ਤੇ ਆਪ ਬਿਠਾਵਾਂਗੇ। ਹਾਂਜੀ, ਪਿੱਛੇ 'ਤੇ ਕਰ ਪੂਰਨ ਸਵਾਲ, ਲੱਗੀ ਬਿਲਮ ਯਾਂਤੇ ਨੰਦ ਲਾਲ। ਮਹਾਰਾਜ ਕਹਿੰਦੇ ਨੰਦ ਲਾਲ ਪਹੁੰਚਣ 'ਚ ਦੇਰੀ ਵੀ ਤਾਂ ਹੀ ਹੋਈ ਹੈ, ਇੱਧਰੋਂ ਸ਼ਰਧਾ ਘਟੀ ਨਹੀਂ, ਉੱਧਰੋਂ ਕਿਰਪਾ ਵੀ ਘਟਣੀ ਸ਼ੁਰੂ ਹੋ ਜਾਂਦੀ। ਅਤੇ ਸਾਧ ਸੰਗਤ ਜੀ, ਸ਼ਰਧਾ ਪੂਰੀ ਰੱਖੋ, ਕਿਰਪਾ ਵੀ ਪੂਰੀ ਵਰਤੇਗੀ। ਹਾਂਜੀ, ਸੁਣ ਕਰ ਹੱਥ ਬੰਦ ਪਰ ਬੰਦੇ, ਸ਼੍ਰੀ ਪ੍ਰਭ ਤੁਮ ਸਭ ਥਾਨ ਬਸੰਦੇ। ਨੰਦ ਲਾਲ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਤੁਸੀਂ ਤਾਂ ਸਾਰੀਆਂ ਥਾਵਾਂ 'ਤੇ ਵੱਸਦੇ ਹੋ, ਸਭ ਦੇ ਦਿਲ ਜੀ ਦਾਣਦੇ ਹੋ ਮਹਾਰਾਜ। ਹਾਂਜੀ, ਘੱਟ ਘੱਟ ਕੇ ਨਿਤ ਅੰਤਰ ਜਾਮੀ, ਕਿਉਂ ਨਾ ਜਾਣੋ ਤਿਸ ਉਰ ਖਾਮੀ। ਮਹਾਰਾਜ ਤੁਸੀਂ ਇਕੱਲੇ ਇਕੱਲੇ ਹਿਰਦੇ ਦੀ ਜਾਣਨ ਵਾਲੇ, ਤੁਸੀਂ ਕਿਉਂ ਨਹੀਂ ਉਹਦੇ ਹਿਰਦੇ ਦੀ ਟਲਿਆਈ ਨੂੰ ਜਾਣਦੇ? ਤੁਹਾਨੂੰ ਸਭ ਪਤਾ ਮਹਾਰਾਜ। ਵੇਖੋ ਆਪ ਜੀ ਨੂੰ ਪਤਾ ਲੱਗ ਗਿਆ ਮਹਾਰਾਜ ਜੋ ਉਹਨੇ ਫੁਰਨਾ ਬਣਾਇਆ, ਵੇਖੋ ਜੰਗ ਦੇ ਮੈਦਾਨ 'ਚ ਖਲੋਤਾ ਸੋਚਣ ਦਿਆ, ਮਹਾਰਾਜ ਨੂੰ ਸਾਰਾ ਪਤਾ ਲੱਗਣ ਦਿਆ। ਹਾਂਜੀ, ਮੈਂ ਆਛੇ ਅਬ ਕਰ ਤਹਿਕੀਕ, ਮੇਟੋ ਤਿਸਕੀ ਜੋ ਭਰਮ ਲੀ। ਮਹਾਰਾਜ ਮੈਂ ਹੁਣੇ ਹੀ ਉਹਨੂੰ ਚੰਗੀ ਤਰ੍ਹਾਂ ਸਮਝਾਉਂਦਾ ਜਾ ਕੇ, ਅਤੇ ਉਹਦੇ ਭਰਮ ਦੀ ਲੀਕ ਨੂੰ ਚੰਗੀ ਤਰ੍ਹਾਂ ਉਹਦੇ ਅੰਦਰੋਂ ਕੱਢਦਾ ਸੱਚੇ ਪਾਤਸ਼ਾਹ। ਹਾਂਜੀ, ਇਮ ਕਹਿ ਤੂਰਨ ਚੜਿਓ ਸਿਧਾਏ, ਸ਼ੀਘਰ ਪਹੁੰਚਿਓ ਉੱਤਰ ਜਾਏ। ਇਹ ਕਹਿ ਕੇ ਛੇਤੀ ਭਾਈ ਨੰਦ ਲਾਲ ਜੀ ਨੇ ਘੋੜਾ ਭਜਾਇਆ ਅਤੇ ਬਹਾਦਰ ਸ਼ਾਹ ਦੇ ਕੋਲ ਪਹੁੰਚ ਗਏ। ਹਾਂਜੀ, ਮਿਲਿਓ ਬਹਾਦਰ ਸ਼ਾਹ ਸੁਣਾਇਓ, ਕਰਤ ਜੰਗ ਸੰਕਲਪ ਉਠਾਇਓ। ਕਹਿੰਦੇ ਬਾਦਸ਼ਾਹ, ਗੁਰੂ ਸਾਹਿਬ ਨੇ ਤੇ ਅੱਜ ਪਹੁੰਚਣਾ ਸੀ, ਉਹ ਜਿਹੜਾ ਮੈਦਾਨ 'ਚ ਖਲੋਤੇ ਤੁਸੀਂ ਸੋਚਾਂ ਸੋਚਣ ਦੇ ਸੀ ਨਾ, ਉਹ ਮਹਾਰਾਜ ਨੂੰ ਪਤਾ ਲੱਗ ਗਈਆਂ ਤਾਂ ਨਹੀਂ ਉਹ ਆਏ। ਜਿਹੜੀਆਂ ਸੋਚਾਂ ਸੋਚੀਆਂ ਸਨ ਨਾ ਉੱਥੇ ਜੰਗ ਦੇ ਮੈਦਾਨ 'ਚ, ਉਹ ਲੱਗ ਗਿਆ ਪਤਾ ਮਹਾਰਾਜ ਨੂੰ। ਹਾਂਜੀ, ਬਿਖਮ ਸਵਾਲ ਮੈਂ ਦੇਹੋ ਨਾਹੀ। ਤੁਸੀਂ ਮਨ 'ਚ ਸੋਚਿਆ ਸੀ ਵੀ ਜਿਹੜਾ ਔਖਾ ਸਵਾਲ ਹੋਏਗਾ ਮਹਾਰਾਜ ਕਰਨਗੇ, ਉਹ ਮੈਂ ਨਹੀਂ ਦਿਆਂਗਾ। ਹਾਂਜੀ, ਸੋ ਪ੍ਰਭ ਲਖੀ ਪ੍ਰਭੂ ਮਨ ਮਾਹੀ। ਉਹ ਤੁਹਾਡੇ ਮਨ ਦੀ ਗੱਲ ਮਹਾਰਾਜ ਜਾਣ ਗਏ ਹੈ, ਅੰਤਰ ਜਾਮੀ
पुरख विधाते सरदा मन की पूरे जानते है। बहादुर शाह ने सुनिया वह ये तो मेरे मन की गल उ किवें पहुंच गई, ये तो मैं किसी ना भी गल नहीं की। अब चाहत गुर लिखत तुम्हारी, नंद लाल कहते अजे भी समय है, लिख के दो महाराज सच्चे पातशाह नूं, महाराज तुहाडी लिखत चाहुंदे आ। हाँ जी, मातुल भेजो संग उचारी, नाल महाराज ने यह भी कहा भी बहादुर शाह नूं आखो अपने मामे नूं भी भेजे, तुहाडा मामा तुहाडे हथ दी लिखत लैके जावे उहनां कोल। हाँ जी, खातर जमा करो तिन केरी, जाके महाराज अगे नीवे हो के उहनूं आखो मिले। हाँ जी, बहर विजय रिपते हुए तेरी, बाकी तारा आजम नूं महाराज आप मारनगे जित तेरी होएगी। हाँ जी, सुन के शाह हृदय बिस्मादा, बहादुर शाह सुन के बड़ा बिस्माया जी, भाव हैरान होया जी, पता की सोचन दिया। हाँ, समरथ गुरु को लख अहलादा, गज के आखो वाहे गुरु, कहिंदा महाराज ते समरथ ने, समर्थ ने भी मैं उत्थे जंग च सोचन आ, ये उत्थों ही सुन इन्हां नूं पता लग गया ते हट गए, ये तो समर्थ ने। हाँ जी, मन की जान लई सब बात, मेरे मन दी गल उन्हां ने जान लई, उन्हां नूं पता लग गई है। अब सहाए होए हैं देहात, अब सहाए होए हैं देहात, हुण मेरी सहायता करनगे, हुण मैं फिर नीवा होके चिट्ठी लिखदा महाराज नूं। हाँ, निज कर की तब लिखत पठाई, आप उन्हें अपने हाथ नाल लिख के भेजिया, महाराज जंग जितण तों बाद तुसीं जिहड़ा सवाल करोगे वह मैं पूरा करांगा महाराज। हाँ जी, एक सवाल मैं दियो बनाई, हाकम राय पठियो अर मातुल, अपना खास बंदा हाकम राय ते अपने मामे दे हथ विच चिट्ठी भेजी सतगुरु जी दे चरणा च। हाँ जी, कह बिनती बख्शो जनता तुल, ते नाले आखिया उहनूं आखियो, वाहिगुरु महाराज नूं आखियो, बेनती करियो भी माड़ा बंदा है, गलत फुरना बना बैठा, बच्चा समझ के माफ कर लो अपना। हाँ जी, बेगवंत वाहन चढ़ गए, वह बड़ी छेती वाहन ते चढ़ के सतगुरु सच्चे पातशाह जी दे कोल गए जी, रातों रात हो रहा, महाराज लागे ही समझ किते। हाँ जी, बंदन कर पुन सकल सुनाई, मत्था टेकिया उन्होंने महाराज नूं ते फिर सारी गल दसी जी। हाँ जी, बख्शो भूल तुम्हें बन आई, महाराज सच्चे पातशाह बख्शो भूल तुम्हें बन आई, तुहाडा सुभा है तुसीं भुलां बख्शदे हो, बख्श लो महाराज। बहादुर शाह गलत सोच सोच बैठा सीगा। हाँ जी, मोहर अपनी दई लगाए, इसमें संसे कोई ना पाए, महाराज आ वेखो दी लिखत उन्हें मोहर ला के दित्ती, हुण नहीं कोई शंका महाराज। हाँ जी, जान गुलाम सहायता कीजै, विजय कृपा तर सल्तन दीजै, महाराज हुण कृपा करो ते तीन दिन हो गए हुण जंग छेती मुक जे महाराज, छेती छेती सहायता करके ते महाराज उन्हूं बादशाह दे तख्त ते बिठा दिओ। हाँ जी, देख दीन निज बिरद संभारा, हित धीरज दे बाक उचारा, हुण फिर अगों धन गुरु गोबिंद सिंह साहब सच्चे पातशाह ने उन्हां नूं धीरज देण वास्ते बचन कीता, अब तुम जाहो चढ़ावो शाहू, महाराज कहिंदे जाओ बहादुर शाह नूं सवेरे जंग ते तोर दिओ, महाराज कहिंदे। हाँ जी, हम दर्शन दहें रण माहूं, हुण असीं उहनूं कल नूं जंग दे मैदान विच ही दर्शन देंगे, बहादुर शाह नूं कह दिओ जंग ते जावे, कल नूं उहनूं जंग दे मैदान विच ही दर्शन देंगे, क्योंकि अज तक बहादुर शाह ने सतगुरु गरीब नवाज जी दे दर्शन नहीं कीते जी। हाँ जी, तारा आजम को हम मारे, तारा आजम नूं असीं मारांगे महाराज कहिंदे। हाँ जी, कुछ उमराव समेत बिदारै, कुछ उमराव कुछ उहदे सूरबीर भी नाश करांगे महाराज कहिंदे, उहदे जरनैल भी मारांगे नाल। हाँ जी, जब कुछ चिन्ह लखो इस रीत, हटो लरन ते होए निरपीत, ते जद असीं महाराज कहिंदे इस रीति दे कुछ चिन्ह वेखांगे
फिर महाराज कहिंदे असीं पहुँच जाना जंग दे मैदान विच ओ जो युद्ध करन तो ना हटे। हाँ जी जुग भ्राता को अब के जावो रण मुकाबला भले करावो। बाकी एक बारी असीं पहुँच जाइए बाद चो भावें परां हट जाइओ। गज के आखो वाहिगुरु। एक करी असीं पहुँच जाइए फिर भावें आखियो बहादुर शाह लंबे हो जाए पैर धो के सानू साडे इंतजार करे। हाँ जी तारा आजम मरियो लखीजै निरभय नचिंत जंग को कीजै। ओनू को ओना चिर निश्चिंत हो के जंग कर तारा आजम मरिया ही जान मरिया ही जान। नह कायर होए सुख च्यो तहां कायर हो के संकोच ना करे किसी प्रकार तो जंग करे तगड़े मन नाल। धर उत्साह पिखन रण महा हाँ जी सुनकै सतगुर के बच आछे कर अभिनंदन चलियो बाछे। ओ मामे ने ते साध संगत जी जेड़ा नाल उमराव आया ओदा खास बंदा जेड़ा आया उन्हें महाराज नू मत्था टेकिया ते बहादुर शाह दे कोल आ गए। हाँ जी लिखत प्रभु की आगे धरी चढ़ कर चाले तूरन करी। ते लिखत प्रभु के आगे धरी ओ जेड़ी लिखत सी ओ महाराज सच्चे पातशाह दे अगे रख दित्ती श्री गुरु गोबिंद सिंह साहब जी दे ते महाराज ने ओ सांभ ली लिखत ए घोड़े ते चढ़ के बहादुर शाह दे कोल आ गए अपने वाहना ते। हाँ जी उलंघ पंथ चंबल तट आए सारा राह लंघ के चंबल नदी दे कंडे आ गए। मिले शाह संग सकल सुनाए बहादुर शाह नू आ के फिर उन्होंने इंज किया। हाँ जी होत प्रहात के संसे त्यागो बस कल दा दिन अंतम समझो दिन हुंदे आ सारे शंके छड़ के कर मुकाबला लरबे लागो ते मुकाबला करो जंग करो। हाँ जी मिथ्या होहे ना गुर को कहेओ अब तो पता भला तुम लहेओ ते गुरु साहब ने हुण जो किया ओनू झूठा नहीं समझना बस अपना भला जान पर अपने बचन तो ना मुक्की होण। असी लिख के दे के आए जो महाराज सवाल कहणगे ओ तू पूरा करना हुण अगों फिर कल नू जंग होएगी महाराज सच्चे पातशाह गरीब नवाज तारा आजम दा जिवें अंत करदे आ ओ प्रसंग आपां कल नू सरवण करांगे। आओ बड़े प्यार नाल सारी संगत गज के कहो वाहिगुरू 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 वाहिगुरू। सतगुरु गरीब नवाज कृपा करन दया करन मेहर करन ते साध संगत जी अगों फिर महाराज किवें बहादुर शाह दी सहायता करदे आ ते बादशाह दा बनाउण दा जिहड़ा वचन कीता ओ महाराज ने पूरा करना है। आपां कल दे प्रसंग विच सारी जंग दी कथा ते जिवें महाराज उहनूं
ਬਣਾਉਂਦੇ ਹੈ ਬਾਦਸ਼ਾਹ, ਉਹ ਸਾਰੀ ਕਥਾ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ ਸਤਿਗੁਰੂ ਜੀ ਦੀ ਕਿਰਪਾ ਨਾਲ। 7 ਤਰੀਕ ਨੂੰ, 7 ਅਪ੍ਰੈਲ ਨੂੰ ਦਿਨ ਐਤਵਾਰ, ਮਹਾਰਾਜ ਜੀ ਦੀ ਕਿਰਪਾ ਨਾਲ ਕਥਾ ਦੀ ਸੰਪੂਰਨਤਾ ਹੋਏਗੀ। ਅੱਗੋਂ ਮਹਾਰਾਜ ਦੱਖਣ 'ਤੇ ਨਾਲ ਹੀ ਪਹੁੰਚ ਜਾਣਾ, 1 ਕੁ ਮਹੀਨੇ ਦਾ ਪ੍ਰਸੰਗ ਹੈ ਸਾਰਾ। ਜਿਵੇਂ ਮਹਾਰਾਜ ਦੱਖਣ ਵਿੱਚ ਰਹੇ ਹੈ, ਜਿਵੇਂ ਮਹਾਰਾਜ ਉੱਥੇ ਵਿਚਰਦੇ ਰਹੇ ਹੈ, ਫਿਰ ਸੰਪੂਰਨਤਾ ਹੀ ਹੋਏਗੀ। ਅੱਗੋਂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਸਤਿਗੁਰੂ ਜੀ ਦੀ ਕਿਰਪਾ ਨਾਲ ਆਰੰਭ ਹੋਏਗੀ, ਕਿਉਂਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸਾਰੇ ਜਗਤ ਵਿੱਚ 550 ਸਾਲਾਂ ਗੁਰਪੁਰਬ ਸਿੱਖ ਸੰਗਤਾਂ ਮਨਾ ਰਹੀਆਂ ਹਨ। ਸੋ ਦੀ ਖੁਸ਼ੀ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਆਪਾਂ ਆਰੰਭ ਕਰ ਦਿਆਂਗੇ, ਅਤੇ ਰੋਜ਼ ਸ਼ਾਮਾਂ ਨੂੰ ਫਿਰ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਹੋਇਆ ਕਰੇਗੀ। ਅਤੇ ਸਤਸੰਗਤ ਜੀ, ਸਿੰਘਾਂ ਦੀ ਬੜੇ ਚਿਰ ਦੀ ਬੇਨਤੀ ਸੀ ਭਾਈ ਯਾਦਵਿੰਦਰ ਸਿੰਘ ਜੀ ਦੀ ਵੀ, ਗੁਰੂ ਨਾਨਕ ਦੇਵ ਜੀ ਦੀ ਕਥਾ ਕਦੋਂ ਸ਼ੁਰੂ ਹੋਣੀ ਹੈ। ਉਹ ਭਾਈ ਬਾਲਾ ਜੀ ਦੀਆਂ ਸਾਖੀਆਂ, ਮਰਦਾਨਾ ਜੀ ਦੀਆਂ ਸਾਖੀਆਂ, ਮਹਾਰਾਜ ਸੱਚੇ ਪਾਤਸ਼ਾਹ ਦੇ ਚੋਜ, ਉਹ ਵੀ ਸਰਵਣ ਕਰਨੇ ਹੈ। ਸੋ ਉਹ ਕਥਾ ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਆਰੰਭ ਹੋ ਜਾਏਗੀ। ਅਤੇ 7 ਤਰੀਕ ਨੂੰ ਵੱਡੇ ਪੱਧਰ 'ਤੇ ਗੁਰਮਤ ਦੀਵਾਨ ਹੋਣਗੇ, 7 ਅਪ੍ਰੈਲ ਨੂੰ ਪਾਤਸ਼ਾਹ ਜੀ ਦੇ ਸਮਾਗਮ ਵਾਸਤੇ। ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਲਓ, 1 ਮਹੀਨੇ ਤੋਂ ਪਹਿਲਾਂ ਹੀ ਦਾਸ ਨੇ ਬੇਨਤੀ ਕਰ ਦਿੱਤੀ ਹੈ। ਵਿਦੇਸ਼ਾਂ ਦੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਵੀ ਅਜੇ 1 ਮਹੀਨਾ ਪਿਆ ਹੈ, ਜਿਹੜੀਆਂ ਸੰਗਤਾਂ ਆਉਣ ਦੀਆਂ ਚਾਹਵਾਨ ਹੋਣ, ਕਿਉਂਕਿ ਬਹੁਤ ਸਾਰੀਆਂ ਸੰਗਤਾਂ ਨੇ ਮੈਨੂੰ ਕਿਹਾ ਸੀਗਾ ਵੀ ਫੋਨ 'ਤੇ ਸਾਨੂੰ ਦੱਸ ਦਿਓ, ਪਰ ਉਹ ਫੋਨ ਦੀ ਸਕਰੀਨ ਟੁੱਟਣ ਕਰਕੇ ਉਹ ਸਾਰੇ ਨੰਬਰ ਵਿੱਚੋਂ ਜਿਹੜੇ ਆ ਨਾ ਉਹ ਨਿਕਲ ਗਏ, ਇਸ ਕਰਕੇ ਮੇਰੇ ਕੋਲ ਸੰਪਰਕ ਨਹੀਂ ਕਿਸੇ ਵੀ ਸਿੱਖ ਸੰਗਤ ਦਾ ਰਿਹਾ। ਅਤੇ ਸੰਗਤਾਂ ਵਾਸਤੇ ਕਥਾ ਹੀ ਸੰਪਰਕ ਹੈ ਬੜਾ ਵੱਡਾ। ਸੋ ਦਾਸ ਕਥਾ ਰਾਹੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰ ਰਿਹਾ ਵੀ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਪਹੁੰਚਣ, ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਸਾਰਾ ਇਤਿਹਾਸ ਦੀ ਸੰਪੂਰਨਤਾ ਹੋਏਗੀ। ਬੜੇ ਵੱਡੇ ਪੱਧਰ 'ਤੇ ਗੁਰਮਤਿ ਦੀਵਾਨ ਬਾਹਰ ਖੁੱਲ੍ਹੀ ਥਾਂ 'ਤੇ ਕਿਤੇ ਗੁਰਮਤਿ ਦੀਵਾਨ ਸਜਾਏ ਜਾਣਗੇ। ਸਿੰਘ ਸਾਹਿਬਾਨ, ਰਾਗੀ ਸਿੰਘ, ਗੁਰੂ ਕੇ ਕਵਿਸ਼ਰ ਸਿੰਘ, ਢਾਡੀ ਸਿੰਘ, ਫਿਰ ਸੰਤ ਮਹਾਂਪੁਰਖ ਜਥੇਦਾਰ ਹਜ਼ੂਰ ਸਾਹਿਬ ਤੋਂ ਵੀ ਗੁਰਮੁਖ ਪਿਆਰੇ ਕਾਰ ਸੇਵਾ ਵਾਲੇ ਮਹਾਂਪੁਰਖ ਆਉਣਗੇ, ਅਤੇ ਬਾਬਾ ਜੀ ਸੁਰ ਸਿੰਘ ਤੋਂ ਮਹਾਂਪੁਰਸ਼ ਆਉਣਗੇ, ਹੋਰ ਬੜੇ ਮਹਾਂਪੁਰਸ਼। ਦਰਸ਼ਨੀ ਸਮਾਗਮ ਹੋਵੇਗਾ, ਦਰਸ਼ਨੀ ਸਮਾਗਮ, ਅਤੇ ਸੰਤ ਮਹਾਂਪੁਰਖ, ਸਿੰਘ ਸਾਹਿਬਾਨ, ਰਾਗੀ ਸਿੰਘ, ਹੋਰ ਜਿਤਨੇ ਵੀ ਹੋਣਗੇ ਸਾਧ ਸੰਗਤ ਜੀ, ਪਤਵੰਤੇ ਸੱਜਣ ਸਾਰੇ ਪਹੁੰਚਣਗੇ। ਸੋ ਸੰਗਤਾਂ ਨੂੰ ਬੇਨਤੀ, ਆਪ ਜੀ ਦੀ ਹਾਜ਼ਰੀ ਵੀ ਲਾਜ਼ਮੀ ਹੈ, ਇਸ ਕਰਕੇ ਹੁੰਮ ਹੁਮਾ ਕੇ ਪਹੁੰਚੋ, ਅਤੇ ਤਨ ਮਨ ਧਨ ਕਰਕੇ ਸਹਿਯੋਗ ਦੇ ਕੇ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰੋ। ਵਿਦੇਸ਼ ਦੀ ਸੰਗਤ ਨੂੰ ਬੇਨਤੀ ਹੈ, ਇਸ ਸੰਬੰਧ ਵਿੱਚ ਸੰਗਤ TV ਨੂੰ ਵੱਧ ਤੋਂ ਵੱਧ ਤਨ ਮਨ ਧਨ ਦਾ ਸਹਿਯੋਗ ਦੇ ਕੇ ਵੀ ਆਪ ਜੀ ਸਤਿਗੁਰੂ ਗਰੀਬ ਨਿਵਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇੱਥੋਂ ਦੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਤਿਆਰੀ ਆਰੰਭ ਕਰ ਲਓ, ਸੰਗਤਾਂ ਨੇ ਬਾਹਰੋਂ ਆਉਣਾ, ਉਹਨਾਂ ਦੀ ਸੇਵਾ ਵੀ ਕਰਨੀ ਹੈ ਆਪਾਂ, ਅਤੇ ਤਿਆਰੀਆਂ ਆਰੰਭ ਕਰ ਲਓ ਸਾਰੀਆਂ ਸੰਗਤਾਂ। ਬਸਤਰ ਨਵੇਂ ਸਵਾ ਲਓ, ਫਿਰ ਭੋਗ 'ਤੇ ਨਵੇਂ ਬਸਤਰ ਪਾ ਕੇ ਤਿਆਰੀ ਸ਼ਿਆਰੀ ਕਰਕੇ ਬਹਿ ਕੇ ਕਥਾ ਸੁਣਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ 'ਤੇ, ਤੁਹਾਡੇ 'ਤੇ, ਸਾਡੇ ਗਰੀਬਾਂ 'ਤੇ, ਸਾਰਿਆਂ 'ਤੇ ਮਿਹਰ ਕਰਨ, ਆਸ਼ੀਰਵਾਦ ਬਖਸ਼ੋ। ਸਾਰੀ ਸੰਗਤ ਦਾਸ ਨੂੰ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।